मरने उदे तम सरदानी पड़वा के धरती नाले एसी नहीं आया है। मेरा भाई कुटिया पुड़े पुड़े कुटे मैनू कुटिया तेरा देना चु जो मैं दस भी तेन कुटिया सौ लगे मैं तो रोटी नहीं लंघी आई गल तेन मूह चक दोपहर दोपहर अपनी गुआंढ नहीं हैगी जी हाँ। उन्होंने घरे कल लड़ाई हुई सी मेरी गल सुन उरे उरे मेरी गल तो सुन इथे बह जा इथे बह जा हां मसरदानी पड़वा के धरती नाले एसी नहीं आया है। रामन का बेड़ा बैठ गया है उन्हें जिंदिया लूतियां लाइया सी हां के मसरदानी है उन्हें तो कानू लाइया ने खर लाइया तो साड़ी होर ने सिगवान उन्हें ब्लड बधाता ओदी होच बच आके माता मसरदानी पाड़ती एक ताए क्या मच्छरदानी पाड़ दी तो ओदे च पवांगे है दस पै गया हुण ते असियां च बेनू की पता दी फिर चलदा चीजा ला लड्डू हां टुटी होर बोटा तो छर बड़ी जाई छर बतावे बड़ी बोटी फिर चलदी जवई दी ए तां बसरमा उदा देखणा सी बीबी पापे होरे बनवाई सट गया ते ब्याह के है ओही गल है वी नु सोचिया पखा देख ला ਕਿ ਮੈਂ ਖੜ ਖੜ ਕਰਦਾ ਹੁੰਦਾ ਹਾਂ ਵੀਰੇ ਛੜਦਾ ਉੱਤੋਂ ਪੱਖਾ ਹੈ ਵੀਰੇ ਛੜਦਾ ਐ ਦੁੱਤਾ ਬੱਦਾ ਜੇ ਹੱਥ ਨਾਲ ਫੜ ਕੇ ਘਵਾ ਦੇ ਤੇਜ਼ ਘਵਾ ਸਕਦਾ ਐ ਚੱਲਦਾ ਆਪਣੇ ਨਾਲ ਤਾਂ ਵੀਰੇ ਛੜਾ ਹੁਚਕ 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 ਵੀਰੇ ਛੜਾ ਲੱਡੂ ਹੈ ਜੀਜਾ ਵੀ ਹੈਣਾ ਹੈ ਲੱਡੂ ਛੀ ਲੱਡੂ ਹੈ ਲੱਡੂ ਹੋਊਗਾ ਮੇਰੀ ਗੱਲ ਸੁਣ ਇਹ ਗੱਲ ਨਾ ਮੈਂ ਸਹਿਮਤਾ ਪਰ ਹਾਂ ਨਾ ਕਹੇ ਮੇਰਾ ਪਤੀ ਪਰਮੇਸ਼ਵਰ ਪਤੀ ਪਰ ਜਿਹੜਾ ਵੀਰੇ ਛੜੇ ਤੂੰ ਆਕਲ ਦੀ ਹੋ ਜ਼ਿੰਦਗੀ ਆ ਜਨਨ ਮੈਨੂੰ ਕੋਈ ਸੋਚ ਨਹੀਂ ਹੈਗੀ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਘਰ ਬੈਠਾ ਜੇ ਸੁਣ ਲਿਆ ਗਾਲਾਂ ਦੇਊਗਾ ਮੈਂ ਡਰਦਾ ਦਰਦਾ ਮਰਨੇ ਕੰਨ ਤਾਂ ਪੁੜੇ ਪੁੜੇ ਸਿਕਿਆ ਆ ਉਹਦੇ ਤੱਕ ਤਾਂ ਸਰਿਆ ਨਹੀਂ ਉਹ ਤਾਂ ਫਿਰ ਬੇ ਮੈਂ ਆਇਆ ਆਇਆ ਤੀ ਹਜੇ ਆ ਲੋ ਕਹਿਣਗੇ ਵੀ ਘਰੇ ਬਾਅਦ ਚ ਬੜਿਆ ਪਹਿਲਾਂ ਕਲੇਜ ਕਰ ਲੈ ਯਾਰ ਚੱਲ ਕੋਈ ਪਰੋੜਾ ਪੁੱਟਤਾ ਕੋਈ ਕੋਈ ਗੱਲ ਨਹੀਂ ਮੈਂ ਛੱਟਾ ਖਾਈਆ ਬੇ ਬੇਰਸ਼ਾਂ ਦੀ ਤੂੰ ਹੀ ਦੁਖੀ ਜਾਂਦੀ ਆ ਜੜੇ ਬਾ ਡਾਕਟਰ ਤੋਂ ਉਹ ਕਰਵਾਉਣ ਕੋ ਛੇਕਾ ਜਲ ਵਾਲੂ ਤੂੰ ਹੀ ਰੂ ਜੜੇ ਬਾ ਅਰੀਨ ਬੜਾਇਆ ਉਹਦੇ ਨਾਲ ਉਹ ਡਾਕਟਰ ਦੇ ਦੇ ਕੋਈ ਦਵਾਈ ਜਿਦਰਾ ਯਾਰ ਯਾਦ ਰਾ ਬੇ ਯਾਹ ਕੁੱਤੇ ਤੇ ਤੇ ਜੀਜੇ ਨੇ ਪੁੜਿਆ ਅੱਖੋ ਯਾਰ ਯਾਦ ਨਾ ਬੇ ਮਨ ਕਕਾ ਕਥਾ ਆਪਣਾ ਲਸਨ ਕਰਦਾ ਉਹ ਲੱਡੂ ਬੰਦਾ ਯਾਦ ਨਾ ਕਰ ਮੇਰੀ ਗੱਲ ਸੁਣ ਵੀਰੇ ਛੜੇ ਦਾ ਖੂਨ ਖੌਲ ਜਾਂਦਾ ਮੈਂ ਇਹਨੂੰ ਛਿੱਤ ਲੂ ਵੀਰੇ ਅੱਖਾਂ ਤਾਂ ਬੂਰੇ ਆ ਜੇ ਉਹ ਕਿਰਾ ਆ ਕੇ ਤਾਂ ਦਿਖਾਵੇ ਹਾਂ ਕੋਈ ਛੜੇ ਦੇ ਬਾਰ ਬਾਰ ਡਾਗਾ ਕੁੱਟਦੀ ਕੁੱਟਦੀ ਇੱਥੇ ਹੁੰਦਾ ਤੂੰ ਕੁੱਟਦੀ ਹਾਂ ਦੱਬਾ ਕੀ ਦੱਬਦਾ ਹਾਂ ਦੱਬਦਾ ਨਹੀਂ ਤੇਰੇ ਯਾਰ ਨੂੰ ਦੱਬਰ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਹੈ ਪਾਈਆਂ ਤਰਾ ਮਰਨਿਆ ਬੱਚਾ ਜਾਰਦਾ ਹਾਂ ਬਾ 20 ਵਾਰੀ ਕਹਤਾ ਵੀਰੇ ਕੱਪੜੇ ਲਾਲ ਵੀਰੇ ਬਾ ਬੂਤੇ ਪਰ ਬੁੱਕੀ ਐ ਕਿਵੇਂ ਮਾਰੇਗਾ ਮੂੰਹ ਨਾ ਚੱਲ ਪਿਆ ਕੰਜਰ ਕਲੇਸ ਚੱਲ ਪਿਆ ਸਵੇਰੀ ਚੱਲ ਪਿਆ ਕੁਛ ਨਹੀਂ ਉਹ ਤਾਂ ਕੰਮ ਦੀ ਗੱਲ ਕਰਦੇ ਸੀਗੇ ਮੇਰੇ ਸਰ ਐਂ ਦੱਸੋ ਏ ਕਿਹਨੂੰ ਕਿਹਨੂੰ ਕੁੱਟਣ ਦੀਆਂ ਗੱਲਾਂ ਕਰਦੇ ਸੀ ਓਏ ਕੁਛ ਨਹੀਂ ਬਾਇਆ ਬੈਠ ਬੈਠ ਨੀਚੇ ਬਾਇਆ ਬਾਇਆ ਨੀਚੇ ਬਾਇਆ ਬਾਇਆ ਮੇਰੇ ਸਰ ਦੇ ਬਾਇਆ ਉਹ ਤੇ ਤਾਂ ਯਾਰ ਦੋਸਤ ਸੀਗਾ ਕਿਸੇ ਨਾਲ ਲੜਾਈ ਹੋ ਗਈ ਹੋਗੀ ਰੀਲ ਰੂਲ ਤੇ ਆ ਗੁੱਗ ਭੇਜਤੀ ਹੋਗੀ ਉਹਦੇ ਨਾਲ ਲੜਦਾ ਗਾ ਇਹ ਨਾ ਮੈਂ ਸੁਣਿਆ ਅੰਦਰ ਪਤਾ ਨਹੀਂ ਕੁਝ ਪਰੌਣੇ ਪਰੌਣੇ ਦੀ ਗੱਲ ਕਰਦੇ ਤੁਸੀਂ ਪਰੌਣੇ ਨੂੰ ਡਾਲ ਲੈ ਜੂ ਪਰੌਣਾ ਕੀ ਕੱਤ ਕੁੱਟਦਾ ਹਾਂ ਟੈਸਟ ਤੇ ਬਹੁਤ ਆ ਪਰੌਣੇ ਜੀ ਐਂ ਤਾਂ ਐਂ ਦੱਸਿਆ ਨਾ ਉਹੀ ਤਾਂ ਗੱਲ ਹੈ ਬਾਇ ਬੜੇ ਡਾਕਟਰ ਤੇ ਜਾ ਕੇ ਆਉਦਾ ਦੀ ਪਰੌਣਾ ਨਾ ਡਾਕਟਰ ਇਹ ਤਾਂ ਠੀਕ ਹੈ ਸਾਰਾ ਕੱਲ ਤਾਂ ਇਹ ਬੂਟ ਲਾਲ ਤੀ ਗਏ ਉਹ ਅੱਜ ਪੀਲੇ ਕਿਵੇਂ ਹੋ ਗਏ ਇਹ ਮੇਰੇ ਛੱਡ ਦੇ ਪਤਾ ਕੀ ਆ ਰੰਗ ਬਦਲਦੇ ਆ ਰੰਗ ਬਦਲਦੇ ਛੁੱਚ ਲੱਗੀ ਹੋਈ ਹੈ ਨਾ ਛੱਲ ਭੱਜਦੇ ਰੇ ਵੇਰ ਛੱਡਦਾ ਅੱਜ ਤਾਂ ਪਤਾ ਪੀਲਾ ਇਹ ਤੇ ਸੱਤ ਰੰਗ ਭਰੇ ਹੋਏ ਰੇ ਹੁਣ ਗਾੜਾ ਨਹੀਂ ਛੜਦਾ ਛੱਤ ਰੰਗ ਨਹੀਂ ਆਪਣੇ ਬੀਬਾ ਦੂਸਰੀ ਜਵਾਨੀ ਤੇ ਬਾਪੇ ਮੇਰਾ ਸੜ मेरी गल माड़ी होंगी तेरे चुप नहीं कर दी मैं दसो तू आ सवेरी किधर पाले चिट्टे चल
चल आ जा चल चल हां मैं भी चकावा आ जाओ मैं चकावा देना आ जाओ कोई गल नहीं कोई गल मैं बुला लेना टेंपू बुला लेना सब छड्डे आवे जड़ा बड़ा लाख रुपए दा देना एसी वर्चल दा ओ लगे होया करे ये छड़ा ये एसी दी की गल करदी है भाई कोई गल नहीं ऐ करे चुप कर चुप कर चुप एक लाख वाला होनेगा है ना हवा तो देगी पता तोड़ के उड़े ला जी देखो तेरा लख वर्गा बाकी बोर के जेब में पा ला ही सही गल है चल कोई गल नहीं जा यार रीलर उन्हें बना दे हां केडी रीलर बना के लेऊंगा बना ले होगा तै के टिन का जतन साहब ही नहीं है चीजा ना लखन का तैनू कासे दा है सुन ले कपड़े ना पाड़ दी मार मार के सरफ वाला बुरशे ते तू कपड़े पाड़ दनी बोदे करखे ने आ चक सरफ लिया दे ना मेरे सर दी कर तो लिया कितरी परसों जत लुक गए ले मैं खानी है सरफ है हां बहुत बहुत खराब है ले तो जमी नहीं हैगे ना मैं कि दाल च पापा खा ले है हां मेरे सर दी डंगर है की पता है मारदा गंदा आ जांदी ओ मैं चंगा गल सुन हां दस मैं मड़े यार पैसे जे फड़ लेवा फड़ ले किन्ने लेगा 1500 रुपया देता है किसी नु वो कहंदा आ जा कहंदा किसी नु ते दे दे कर मार ना मैं फिर सूट नु ना दे दी हां मैं हुन दे दूंगा लाचा बनिया सूट दी जदों देखो दी सूट सूट तेनु होर कोई कम ही नहीं हैगा कर कबीलदारी ते ध्यान दे लिया कर एसी वाले ते तेरा गाटा टूट गया हां उदे ते लिया के नहीं दित्ते एसी वाले ते तेरा गाटा टूट गया रात एसी दी हवा ठंडी ठंडी कर नचरा भाग जा मैं थापा मारू मथे च हां बंदे ते हाथ चक दे नहीं तू चकावेगा हाथ मैं इथों हां मैं ता मच्छर वाले पासे पे गई थी मैं ता कुदरत दा पाणा मन लेदी मैं ता सुन दे नहीं मैं ता बोल दे नहीं मैं की बेलियां बोलन नु हां तेरे ना कुत्ते पकाई खाल मेरा पाई कुट्टे ओदे पुड़े पुड़े कुट्टे मैनू कुट्टिया अगर तेरा देणा से कुसरा फड़ा दे टप्पा मेरे सर दी ना नहीं मैनू ए दस तू बोलदी नहीं करके इना कुछ बोल जानी है जे तू बोलन लग गई तू तो सिरे ला देगी गल्ला कोई गल नहीं कोई गल नहीं ਤੈਨੂੰ ਇੱਥੇ ਕੀ ਬੋਟਾਂ ਚ ਖੜੀਆਂ ਨਾ ਕਰਦੀ ਸਰ ਮੈਂ ਤਾਂ ਹੋਣਾ ਨਹੀਂ ਮੈਂ ਟੋਕਣਾ ਨਹੀਂ ਕਟਾਉਣਾ ਠੀਕ ਆ ਲੋੜ ਨਹੀਂ ਹੈਗੀ ਮੈਨੂੰ ਬੋਟਾਂ ਚ ਹਾਂ ਨਲ ਤਾਂ ਆਪਾਂ ਏਸੀ ਖਾਵਾਂ ਭਾਗ ਜਾ ਮੈਂ ਸਕੂਲ ਚ ਏਸੀ ਰੱਖ ਦਿੰਦੇ ਸਾਰੇ ਖਾ ਜਾਾਂਗੇ ਆਪਾਂ ਤੂੰ ਏਸੀ ਖਾਂਦੇ ਹੁੰਦੇ ਨੇ ਹਵਾ ਵਾਸਤੇ ਹੁੰਦਾ ਬੇਅਕ ਐ ਤਾਂ ਤੈਨੂੰ ਅਕਲ ਨਹੀਂ ਤਾਂ ਤੈਨੂੰ ਏਸੀ ਦਾ ਪਤਾ ਨਹੀਂ ਸੀ ਭਾਗ ਜਾ ਮੈਂ ਤਾਂ ਉਹੀ ਗੱਲ ਹੋ ਜੂ ਕਹਿੰਦੇ ਬੰਦੇ ਤੇ ਹੱਥ ਨਹੀਂ ਚਾਹਦੇ ਮੈਂ ਇੱਥੇ ਥਾਪਾ ਵੱਜੂਗਾ ਤੇਰੇ ਐਵੇਂ ਗੱਲ ਹੀਮ ਕੀਮ ਪੰਚਾਇਤਾਂ ਚੱਕ ਜਾ ਆ ਦੇਖੇ ਤੇਰੇ ਮੂੰਹ ਜਿੱਡਾ ਹੈ ਤੇਰੇ ਮਾਰੇ ਨਾ ਥਾਪੜਾ ਨੱਕ ਜਾਂ ਅੰਦਰੇ ਬਾੜ ਦੂੰ ਤੇਰਾ ਮੈਂ ਕਿਵੇਂ ਮਾਰੇਗਾ ਐ ਕਿਵੇਂ ਮਾਰੇਗਾ ਹਾਂ ਮਾਰਦਾ ਕਰ ਤੂੰ ਜਾਣਾ ਭਾਗ ਜਾ ਇੱਥੇ ਜੇ ਮੇਰਾ ਬਰੈਡ ਗਾਦਗਾ ਮੈਂ ਤੈਨੂੰ ਮੈਂ ਪੰਚ ਮੈਂ ਤਾਂ ਸਰਪੰਚ ਦੇ ਜਾ ਕੇ ਉੰਬੇ ਵੀ ਇਹ ਬੰਦਾ ਮੈਨੂੰ ਰਹਿਣ ਨਹੀਂ ਦਿੰਦਾ ਹਾਂ ਘਰੇ ਆਪਾਂ ਇਹ ਨਾ ਕਰੀਏ ਪਤਲਾਕ ਲੈ ਲਈਏ ਜੀ ਤਲਾਕ ਕਿਹੜੀ ਲਿਆਉਣੀ ਆ ਬਸਾ ਕਿਹੜੀ ਲਿਆਉਣੀ ਆ ਹਾਂ ਤੇ ਇੱਥੇ ਤਾਂ ਸੋਹਣੀ ਹੈ ਲਿਆਉਣੀ ਮੈਂ ਕੋਈ ਸੋਹਣੀ ਵਰਜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਦੇ ਮੈਂ ਸੋਹਣੀ ਸੀ ਜਿੱਦੇ ਫੁੱਲਾਂ ਵਾਲੀ ਗੱਡੀ ਤੇ ਬੜਬਲੇ ਲਾ ਕੇ ਲੈ ਗਿਆ ਸੀ ਉਹਦੇ ਮੈਂ ਸੋਹਣੀ ਸੀ ਹਾਂ ਕਿਸਮਤ ਫੁੱਟ ਗਈ ਮੇਰੀ ਉਹਦੇ ਮੇਰੀ ਵੀ ਫੁੱਟ ਗਈ ਕਿਸਮਤ ਹਾਂ ਉਹਦੇ ਮੈਨੂੰ ਕਿਸਮਤ ਨੇ ਸਕੇਤ ਦਿੱਤੇ ਦੀਗੇ ਜਦੋਂ ਪੜਾਕਾ ਮੈਂ ਉਹ ਕਰਦਾ ਦੀ ਜਿਹੜਾ ਬੁਲਬਲੇ ਫਲਾਉਂਦਾ ਦੀਗਾ ਉਹ ਠਾ ਕਰ ਜਾਂਦੀਗਾ ਉਹ ਮੈਨੂੰ ਤਾਂ ਹੁਣ ਪਤਾ ਲੱਗਦਾ ਮੇਰੀ ਕਿਸਮਤ ਨੇ ਠਾ ਕਰਦੀ ਸਾਡੀ ਜ਼ਿੰਦਗੀ ਇਹ ਠਾ ਬਣ ਗਈ ਭਾਗ ਜਾ ਮਰਨਿਆ ਬੱਚਾ ਬਣਾ ਠੁੱਕਦਾਰੀ ਦਾ ਅੱਕ ਬੱਚ ਫਿਰ ਲੈ ਆਉਂਦਾ ਜਿਹੜੀ ਕੋ ਬਦਗਾ ਮਿਲਦੀ ਸੀ ਹਾਂ ਉਹਦੇ ਤਾਂ ਗੱਲਾਂ ਆਉਂਦੀਆਂ ਸੀ ਸਾਡੇ ਟੱਬਰ ਨੂੰ ਮੇਰੀ ਗੱਲ ਤਾਂ ਸੁਣ ਲੈ ਹਾਂ ਸਾਡੀ ਜ਼ਿੰਦਗੀ ਇਹ ਠਾ ਬੱਲੀਏ ਸਾਨੂੰ ਐਰੇ ਗੈਰੇ ਦੀ ਪ੍ਰਭਾਵ ਬੱਲੀਏ ਆਏ ਹਾਏ ਪ੍ਰਭਾਵ ਮੈਨੂੰ ਵੀ ਨਹੀਂ ਹੈਗੀ ਫਿਰ ਤੇਰੇ ਵਰਗੀ ਦੀ ਹਾਂ ਇਹ ਤਾਂ ਮੈਂ ਚਲ ਬੰਤੇ ਕਰਕੇ ਲਿਹਾਜ ਰੱਖੀ ਬੈਠੀ ਹਾਂ ਹਾਂ ਰਾਣੋ ਤੂੰ ਦੱਸ ਕਿਵੇਂ ਆ ਨਹੀਂ ਮੈਂ ਤਾਂ ਚੰਗੀ ਭਲੀ ਆ ਮੈਨੂੰ ਕੀ ਹੋਣਾ ਹੱਟੀ ਕੱਟੀ ਪਈਆਂਗੀ ਅੱਛਾ ਨਹੀਂ ਆਉਂਗੀ ਉਦੋਂ ਆਈ ਸੀ ਤੇਰਾ ਤੇਰੇ ਸਾਹਮਣੇ ਕਿੰਨਾ ਜਲੂਸ ਕੱਢਿਆਗਾ ਉਹਨੇ ਨਹੀਂ ਮੈਂ ਤਾਂ ਮੂੰਹ ਨਹੀਂ ਲੱਗਦੀ ਹੈਗੀ ਉਹਦੇ ਆਹੋ ਹੈ ਸੱਚੀ ਹਾਏ ਮੈਂ ਮਰ ਜਾ ਨਹੀਂ ਤੂੰ ਤਾਂ ਆਹ ਗੱਲ ਸੁਣਾ ਕੇ ਸੌਣ ਲੱਗੇ ਠੰਡੀ ਪਾਤੀ ਮੇਰੇ ਕਾਲਜੇ 'ਚ ਵਧੀਆ ਹੋ ਗਿਆ ਮੈਂ ਤਾਂ ਕਹਿੰਦੀ ਹਾਂ ਹੋਰ ਪੈਣੀਆਂ ਤੀਆਂ ਨਹੀਂ ਐਂ ਦੱਸ ਲੜਾਈ ਕਾਹਦੇ ਵਾਸਤੇ ਹੋਈ ਤੀ ਮੈਨੂੰ ਐਂ ਤਾਂ ਦੱਸ ਦੇ ਅੱਛਾ ਏਸੀ ਵਿੱਚ ਲੜਾਈ ਹੋ ਗਈ ਇੱਧਰ ਫਿੱਟੇ ਮੂੰਹ ਤਾਂ ਹੀ ਚਿੱਤਰ ਖਾਂਦੀ ਹੈਗੀ ਨਾਲੇ ਪਤਾ ਹੈਗਾ ਵੀ ਮੇਰਾ ਘਰ ਵਾਲਾ ਖੇਤੀਬਾੜੀ ਕਰਦਾ ਹੈਗਾ ਉਈ ਦੱਸ ਉਹਦੇ ਗਲ ਪਈ ਜਾਂਦੀ ਹੈਗੀ ਮੈਂ ਤਾਂ ਕਹਿੰਦੀ ਹਾਂ ਹੋਰ ਵਧੀਆ ਹੋਰ ਲਾਉਂਦਾ ਉਹਦੇ ਵਧੀਆ ਸਵਾਦ ਆਉਂਦਾ ਆਹੋ ਚੱਲ ਕੋਈ ਨਾ ਬਸ ਐਂ ਦੱਸ ਮੈਂ ਪਤਾ ਲੈ ਆਵਾਂ ਕਿ ਨਾ ਲਿਆਵਾਂ ਚੱਲ ਉਹੀ ਤਾਂ ਗੱਲ ਹੈ ਯਾਰ ਚੱਲ ਹੈ ਨਾ ਗੁਆਂਢ ਮੱਥਾ ਚੱਲ ਲੈ ਆਊਂਗੀ ਪਤਾ ਨਾਲੇ ਦੋ ਚਾਰ ਹੋਰ ਉਂਗਲਾਂ ਲੈ ਆਊਂਗੀ ਹਜੇ ਨਹੀਂ ਪਈਆਂ ਹਜੇ ਤਾਂ ਸਮਾਰ ਕੇ ਪੈਂ ਪਵਾਉਂਗੀ ਉਹਦੇ ਦੇਖੀ ਕਿਵੇਂ ਪੁੜੇ ਕਟਾਉਂਦੀ ਉਹਦੇ ਮੈਂ ਹਾਂ ਨਾਲੇ ਸਵਾਦ ਲੈ ਆਊਂਗੀ ਹੋਰ ਕੀ ਅੱਛਾ ਭਾਈ ਆਇਆ ਹੋਇਆ ਕੋਈ ਨਹੀਂ ਹੁਣ ਦੇਖੀ ਤੂੰ ਹੁਣ ਕੀ ਬਣਦੀ ਹੈ ਉਦਣ ਮੇਰਾ ਉਹਨੇ ਜਲੂਸ ਬਹੁਤ ਕੱਢਿਆ ਸੌ ਲੱਗੇ ਮੈਂ ਘਰੇ ਆ ਕੇ ਬਾਹਰੋ ਰੋਈ ਮੈਂ ਤਾਂ ਇੰਨਾ ਮੈਂ ਦੁਖੀ ਕੀਤਾ ਉਹਨੇ ਮੈਨੂੰ ਸੌ ਲੱਗੇ ਨਹੀਂ ਮੈਂ ਤਾਂ ਤੇਰੇ ਮੂੰਹ ਨੂੰ ਚੁੱਪ ਕਰ ਗਈ ਨਹੀਂ ਤਾਂ ਮੈਂ ਉੱਥੇ ਘੜੀਸਣੀ ਸੀ ਮੇਰੀ ਸੌਕਣ ਗਲੀ 'ਚ ਹਾਂ ਨਾਲੇ ਸਾਰਾ ਗੁਆਂਢ ਨੂੰ ਪਤਾ ਲੱਗਦਾ ਵੀ ਕਿਹੋ ਜਿਹੀ ਹੈ ਇਹ
चल कोई ना कोई ना कोई ना मैं जानी हैगी चंगा हुणी तू होर किसी पासे गल ना करी हजे चंगा हाँ चंगा स्वाद ही आ गया नी आ गल तां राणू ने सौन लगे ठंड पाती मेरे कालजे च हुण की करा हुणी जावा चल चल दियां मैं तां तपा रखियां कंजरां दे नाले करी जानी आ ਤਾਂ ਵੀ ਮੇਰਾ ਨਾਂ ਨਹੀਂ ਹੈਗਾ ਮੇਰਾ ਤਾਂ ਜੀ ਕਦੇ ਕਦੇ ਐਂ ਕਰਦਾ ਵੀ ਕੁਛ ਖਾ ਕੇ ਮਰ ਜਾਏ ਘਰ ਛੱਡ ਕੇ ਮੈਨੂੰ ਐਂ ਹੁੰਦਾ ਵੀ ਇਹਦਾ ਕੰਜਰ ਦਾ ਕੁਛ ਨਹੀਂ ਬਣਨਾ ਹੈਗਾ ਗਾ ਹੈਂ ਤਪਾ ਨਹੀਂ ਰੱਖੀ ਤਪਾ ਨਹੀਂ ਰੱਖੀ ਨਹੀਂ ਕਾਹਨੂੰ ਮਰਨਾ ਕੁਛ ਖਾ ਕੇ ਸੁੱਖੀ ਸਾਂਦੀ ਹੈ ਨਾ ਤੂੰ ਸਾਡੇ ਘਰੇ ਕੀ ਲੈਣ ਆਈਆਂ ਹੈ ਸਾਡੇ ਘਰੇ ਕੀ ਹੈ ਤੇਰਾ ਉਹਦੇ ਤੇ ਸੌ ਸੌ ਕੁਛ ਬੋਲਦੀ ਸੀ ਤੜੀ ਕਰਦੀ ਸੀ ਹਾਂ ਨਹੀਂ ਭੈਣੇ ਤੜੀ ਤਾਂ ਤੂੰ ਵੀ ਕਰਦੀ ਦੇ ਗੁੱਸਾ ਤਾਂ ਕਰੀ ਨਾ ਮੈਂ ਤਾਂ ਆਪਦੀ ਗੜਬੀ ਲੈਣ ਆਈ ਸੀ ਗੜਬੀ ਦੇ ਦਾਂਗੇ ਅਸੀਂ ਕਿਹੜਾ ਪਿੰਡ ਛੱਡ ਦੇਵਾਂਗੇ ਹਾਂ ਨਾ ਜੇ ਪਿੰਡ ਨਹੀਂ ਛੱਡਦੇ ਫਿਰ ਫੜਾ ਆਉਂਦੀ ਭੈਣੇ ਫੜਾ ਆਉਂਦੀ ਨਹੀਂ ਟਾਈਮ ਰਾਤ ਤੇਰੇ ਵਰਗੀ ਵਿਹਲੀ ਨਹੀਂ ਹੈਗੀ ਖਾ ਕੇ 18 ਮੰਜੇ ਤੇ ਲੇਟਣੇ ਮਰ ਤਾਂ ਕੰਮ ਬਥੇਰੇ ਨੇ ਨਹੀਂ ਭੈਣੇ ਤਾਂ ਤੂੰ ਗੁੱਸਾ ਕਰੀ ਜਾਨੇ ਲੈ ਮੈਂ ਤੇਰੇ ਨਾਲ ਕੱਪੜੇ ਧੋ ਚੱਤ ਜੇ ਨਾ ਪਾ ਵਸ ਪਾਣੀ ਦੇ ਵਿੱਚ ਹੱਥ ਨਾ ਪਾ ਚੱਲ ਕੱਪੜੇ ਧਵਾ ਦੇ ਨਾ 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 ਲੋੜ ਨਹੀਂ ਮੈਂ ਤਾਂ ਧੋ ਲੂੰਗੀ ਵਸ ਛੱਡ ਦੇ ਹਾਂ ਕੀ ਕੰਮ ਕੀ ਆਈਆਂ ਤੂੰ ਉਹਦਾ ਚ ਗੜਬੀ ਲੈਣ ਆਈਆਂ ਲੈ ਜੀ ਆਪਦੀ ਹਾਂ ਨਹੀਂ ਲੈ ਜੂੰ ਗੜਬੀ ਤਾਂ ਨਹੀਂ ਭੈਣੇ ਤੂੰ ਦੇਖ ਮੇਰੀ ਗੱਲ ਸੁਣ ਤੇਰੀ ਯਾਦ ਹੈ ਆਪਾਂ ਜਦੋਂ ਇਕੱਠੀਆਂ ਬੈਠਦੀਆਂ ਹੁੰਦੀਆਂ ਸੀ ਇਕੱਠੀਆਂ ਸ਼ਹਿਰ ਜਾਂਦੀਆਂ ਹੁੰਦੀਆਂ ਸੀਗੀਆਂ ਨੀ ਗੁਰੀ ਹੁਣ ਤਾਂ ਤੇਰੀ ਹਵਾ ਖਰਾਬ ਹੋ ਗਈ ਤੇ ਸਾਰੇ ਯਾਦ ਨੇ ਪਾਪਣੇ ਤਾਂ ਹੀ ਮੇਰੇ ਨਾਲ ਧੋਖੇ ਕੀਤੇ ਲੋਕਣੀਆਂ ਮੰਗਰ ਲਾ ਕੇ ਜਿਹੜੇ ਮੇਰੇ ਨਾਲ ਫਰਕ ਪਾਏ ਤੇ ਚੱਲ ਛੱਡ ਪੜ ਗਏ ਮੇਰਾ ਹੋ ਗਿਆ ਮੂਡ ਖਰਾਬ ਆ ਜਾ ਇੱਥੇ ਬਾਈ ਨੇ ਕੱਪੜੇ ਲੀੜੇ ਤੇ ਧੋਤੇ ਜਾਣਗੇ ਆ ਜਾ ਚੱਲ ਲੜਾਈ ਨਾ ਪੜਾ ਲਿਆ ਕੀ ਚਾਹ ਬਣਾ ਕੇ ਦੇ ਕੋਈ ਨਾ ਧਰ ਦੇ ਕੋਈ ਗੱਲ ਨਹੀਂ ਆਹੋ ਮੇਰੀ ਗੱਲ ਸੁਣ ਲੜਾਈਆਂ ਪੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਆ ਜਾ ਉੱਥੇ ਬੈਠ ਕੇ ਗੱਲ ਕਰਦੇ ਆ ਜਾ ਭੈਣੇ ਨੋਹਾ ਨਾ ਕਦੇ ਨਾ ਮਾਸਕ ਟੁੱਟਦੇ ਹੁੰਦੇ ਨੇ ਨਾਲ ਛੇਲੀਆਂ ਚ ਫਰਕ ਨਹੀਂ ਪੈਂਦਾ ਮੈਂ ਤਾਂ ਇਹੀ ਗੱਲ ਸੋਚ ਕੇ ਤਾਂ ਮੈਂ ਆ ਗਈ ਆ ਜਾ 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 ਮੰਜਾ ਡਾ ਇੱਕ ਤਾੜ ਕੇ ਸਾਡੇ ਹੋ ਨਹੀਂ ਹੁੰਦਾ ਹੈਗਾ ਛਾਂ ਵੀ ਨਹੀਂ ਆਉਂਦੀ ਹੈਗੀ ਕਿ ਪੱਖਾ ਖਰਾਬ ਹੋਇਆ ਪਿਆ ਅੰਦਰੋਂ ਗਰਮੀ ਹੈਗੀ ਲੈ ਨਹੀਂ ਪੱਖਾ ਤਾਂ ਲਵਾ ਲੈਂਦੇ ਕੁੜੇ ਕਿੰਨੀ ਗਰਮੀ ਹੋਈ ਪਈ ਹੈਗੀ ਨਹੀਂ ਲਵਾ ਲਾਂਗੇ ਭੈਣੇ ਪੈਸੇ ਵਾਲਿਆਂ ਦੀਆਂ ਗੱਲਾਂ ਤੈਨੂੰ ਪਤਾ ਜਦੋਂ ਆਪਾਂ ਸਹਿਰ ਜਾਂਦੀਆਂ ਹੁੰਦੇ ਹੱਥ ਪੱਲਾ ਪੈਂਦਾ ਸੀ ਪੈਸੇ ਲੈ ਆਉਂਦੀਆਂ ਹੁੰਦੀਆਂ ਸੀ ਤੈਨੂੰ ਪਤਾ ਹੀ ਆ ਚੱਲ ਕੋਈ ਨਾ ਕਬੀਰਦਾਰੀ ਦਾ ਹੈ ਕਰ ਥੋੜੇ ਪੈਸੇ ਇਕੱਠੇ ਕਰ ਲੈ ਥੋੜੇ ਬਹੁਤੇ ਮੈਂ ਦੇ ਦੂੰ ਤੈਨੂੰ ਨਾ ਮੈਂ ਨਹੀਂ ਹੁਣ ਪੈਸੇ ਲੈਂਦੀ ਤੂੰ ਤਾਂ ਸੁਣਾ ਦਿੰਨੀ ਉਹ ਤੇ ਬਥੇਰਾ ਕੁਝ ਸੁਣਾ ਗਈ ਮੈਨੂੰ ਨਹੀਂ ਕੁਝ ਨਹੀਂ ਹੁੰਦਾ ਹੈਗਾ ਕੂਲਰ ਚੱਕ ਲਈ ਚਾਹੇ ਤੂੰ ਕੂਲਰ ਕਾਲਰ ਕਾਣੂ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਕੂਲਰ ਤਾਂ ਰਹਿਣ ਦੇ ਕੋਈ ਗੱਲ ਨਹੀਂ ਹੁਣ ਤਾਂ ਕਿੱਥੇ ਡਾਲਿਆ ਮੁੰਜਾ ਦੇਖੀ ਨਾ ਮੁੰਜੇ ਦੇ ਵਿੱਚ ਆਈ ਜਾਂਦੇ ਨੇ ਕੋਈ ਨਾ ਫੇਰ ਕਤ ਕਰਦੀ ਹੁੰਨੀ ਆ ਬੂਟੇ ਰੱਖਣੇ ਵੀ ਨਹੀਂ ਆਉਂਦੇ ਜਾਂ ਦੀ ਮੈਂ ਤੋਂ ਅੱਡ ਹੋਈ ਆ ਨਾ ਤੂੰ ਸੌ ਲੱਗੇ ਤੈਨੂੰ ਮੈਂ ਕਿੰਨਾ ਸੋਹਣਾ ਸਿਖਾਇਆ ਤੇਗਾ ਵੀ ਇੱਥੇ ਰੱਖਿਆ ਕਰ ਕੋਈ ਗੱਲ ਨਹੀਂ ਠੀਕ ਹੈ ਮੇਰੇ ਮਾਪਿਆਂ ਨੇ ਵੀ ਮੈਨੂੰ ਆਕਲ ਦਿੱਤਿਆ ਕੱਲੀ ਤੂੰ ਹੀ ਨਹੀਂ ਤੋੜ ਨਾ ਦੇਈ ਪੜ ਕੇ ਪਤਾ ਮੈਂ ਕਿੰਨੇ ਅਰੀਜਾ ਨਾਲ ਲਾਏ ਹੋਏ ਨੇ ਕੋਈ ਨਾ ਮੇਰੇ ਕੋਲ ਮੇਰੇ ਕੋਲ ਚੱਕ ਲਈ ਲੋੜ ਨਹੀਂ ਹੈਗੀ ਮੈਨੂੰ ਤਾਂ ਤੇਰੀਆਂ ਗੱਲਾਂ ਹੋ ਗਈਆਂ ਬਾਦਲ ਉਹ ਕਹਿੰਦੇ ਨੇ ਚੇਂਜ ਹੋ ਗਈ ਤੂੰ ਤਾਂ ਉਹ ਹੋ ਰਹੀਆਂ ਹੁਣ ਹਾਂ ਨਹੀਂ ਕਾਨੂੰ ਚੇਂਜ ਹੋਈਆਂ ਭੈਣੇ ਉਹ ਰਾਣੂ ਤੇਰੇ ਬਾਰੇ ਐਂ ਕਹਿੰਦੀ ਸੱਚ ਮੈਂ ਤੈਨੂੰ ਐਂ ਕਿਦਾਂ ਪੁੱਛ ਦਿੱਤੀ ਛੌਂਕਾ ਨਹੀਂ ਤੁਹਾਡੇ ਘਰੇ ਲੜਾਈ ਹੋ ਗਈ ਹੈ ਕਿਦੇ ਨਹੀਂ ਹੁੰਦੀਆਂ ਲੜਾਈਆਂ ਕਿ ਸਭ ਦੀ ਹੁੰਦੀਆਂ ਕਿਸ ਦਾ ਪਤਾ ਲੱਗ ਜਾਂਦਾ ਕਿਸ ਦਾ ਲੱਗਦਾ ਨਹੀਂ ਭੈਣੇ ਮੈਨੂੰ ਦੁੱਖ ਲੱਗਿਆ ਮੈਂ ਤਾਂ ਪੁੱਛਦੀ ਆਂਗੀ ਜਿਉਂਦਾ ਨੂੰ ਮੈਨੂੰ ਦੱਸਿਆ ਵੀ ਤੈਨੂੰ ਕੁੱਟਿਆ ਸੌ ਲੱਗੇ ਮੈਂ ਤਾਂ ਰੋਟੀ ਨਹੀਂ ਲੰਗੀ ਆਈ ਘਰ ਚੋਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਮੇਰਾ ਰਾਣੇ ਨੂੰ ਪਤਾ ਤਾਂ ਲੱਗ ਗਿਆ ਵੀ ਮੈਨੂੰ ਕੁੱਟਿਆ ਪਰ ਬੈਲਣ ਇੱਕ ਵਾਰ ਸਿਰਾ ਹੁਣ ਵੀ ਨਹੀਂ ਆਈ ਹੈਗੀ ਨਹੀਂ ਮੈਂ ਤੈਨੂੰ ਯਾਦ ਕੀਤਾ ਸੀ ਜਦੋਂ ਮੇਰੇ ਕੁੱਟ ਪੈ ਰਹੀ ਸੀ ਮੈਂ ਕਿਹਾ ਜੇ ਹਰਾਮਣ ਹੁੰਦੀ ਉਹ ਤਾਂ ਸੜਾ ਜਾਂਦੀ ਆ ਰਾਣੋ ਨਹੀਂ ਸੜਾ ਕੇ ਗਈ ਬੇਈਮਾਨ ਹੈ ਇਹਦੇ ਢਿੱਡ ਚੋਂ ਤਾਂ ਮੈਨੂੰ ਐ ਦੱਸ ਗੁਰੀ ਤੇਰੇ ਲਾਈਆਂ ਉਹਨੇ ਮੇਰੇ ਲਾਈਆਂ ਮੇਰੇ ਭਾਈ ਨੂੰ ਕੁੱਟਿਆ ਨਹੀਂ ਕੀ ਕੁੱਟਿਆ ਉਹਨੇ ਤੇ ਮੇਰੇ ਭਾਈ ਦੇ ਤਾਂ ਪੱਸਲੀਆਂ ਬਿਠਾ ਦੇਣੀਆਂ ਸੀ ਹੋਰ ਹਾਏ ਰੱਬਾ ਨਹੀਂ ਮੈਂ ਤਾਂ ਸੁਣਿਆ ਹਨਾ ਬੂਟ ਬਾਟ ਵੀ ਮਾਰੇ ਤੇਰੇ ਹੈ ਚਲ ਕੋਈ ਨਾ ਛਿੱਤਰ ਪਾ ਇੱਕ ਪੈਂਦੀਆਂ ਚ ਤਾਂ ਫਿਰ ਬੂਟ ਗਾਟ ਚੱਲ ਹੀ ਜਾਂਦੇ ਨੇ ਸਭ ਕੁਝ ਪੈ ਜਾਂਦਾ ਹਾਂ ਕੋਈ ਥਾਪੀ ਵੀ ਲੱਗੀ ਤੀ ਆਹੋ ਕੁੱਟਿਆ ਤਾਂ ਕੁੱਟਿਆ ਸਹੀ ਅੜ ਕੇ ਕੁੱਟ ਖਾਂਦੀ ਚਾ ਨਹੀਂ ਪਤਾ ਕੀ ਕੁਝ ਵੱਜ ਜੇ ਫਿਰ ਮੈਂ ਤੈਨੂੰ ਇਹ ਕਹਿੰਦੀ ਆ ਕਿ ਉਹ ਡਾਕਟਰ ਹੈਗਾ ਆਪਣੇ ਹਨਾ ਜੇ ਤੇਰੇ ਕੋਈ ਲੋੜ ਨਹੀਂ ਕੋਈ ਨਾ 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 ਕੋਈ ਲੋੜ ਨਹੀਂ ਹੈ ਕੋਈ ਲੋੜ ਨਹੀਂ ਮੇਰੀ ਜਾਨ ਪਛਾਣ ਆ ਜਾ ਨਾ ਤੇਰੀਆਂ ਤਾਂ ਜਾਨਾਂ ਪਛਾਣਾਂ ਬਾਦੂ ਨੇ ਤੇਰੀਆਂ ਤਾਂ ਸਭ ਨਾਲ ਹੀ ਜਾਨਾਂ ਪਛਾਣਾਂ ਲੈ ਕੁੱਟਦਾ ਹੈ ਲੋੜ ਨਹੀਂ ਹੈਗੀ ਤੈਨੂੰ ਮੈਨੂੰ ਐਂ ਦੱਸ ਤੈਨੂੰ ਲਾਲਚ ਕੀ ਹੈ ਮੇਰੇ ਤੱਕ ਹਾਏ ਦੇਖੀ ਫੇਰ ਉਹੀ ਗੱਲਾਂ ਕਰਨ ਲੱਗ ਗਈ ਨਾ ਗੁਰੀ ਜੇ ਤੇਰੇ ਨਾਲ ਪਿਆਰ ਦੇ ਤਾਂ ਬੋਲ ਬੋਲ ਲੋ ਫਿਰ ਤੂੰ ਐ ਕਰਨ ਲੱਗ ਜੰਨੀ ਐ ਮੇਰੇ ਨਾਲ ਨਾ ਕੀ ਕਰਦੀ ਐ ਤੇਰੇ ਨਾਲ ਕੀ ਕਰਤਾ ਤੇਰਾ ਮੈਂ ਹਾਂ ਮਾਰਦੀਆਂ ਗੱਲਾਂ ਤੂੰ ਹਾਂ ਮੈਨੂੰ ਤੇਰੇ ਤੱਕ ਕੋਈ ਮਤਲਬ ਨਹੀਂ ਹੈਗਾ ਨਹੀਂ ਗਵਾਂਡ ਚ ਲੜਾਈਆਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਚਲੋ ਤਾਂ ਹੁੰਦੀਆਂ ਪੀਂਗ ਨਾ ਪਾਇਆ ਕਰ ਗੱਲ ਦੱਸ ਅੱਛਾ ਮੈਨੂੰ ਐ ਦੱਸ ਤੂੰ ਕੱਪੜੇ ਹੋਏ ਤਾਂ ਹੱਥਾਂ ਨਾਲ ਹੀ ਧੋਈ ਜੰਨੀ ਐ ਤੇ ਲੋਕ ਕਿਹੜਾ ਪੈਰਾਂ ਨਾਲ ਧੋਣ ਲੱਗ ਗਏ ਹੱਥਾਂ ਨਾਲ ਹੀ ਧੋਣੇ ਆ ਮੇਰਾ ਮਤਲਬ ਉਹ ਨਹੀਂ ਹੈਗਾ ਫੇਰ ਉਹੀ ਗੱਲਾਂ ਕਰੀ ਨੇ ਐ ਕਹਿੰਦੀਆਂ ਮਸ਼ੀਨਾਂ ਚੱਲਦੀਆਂ ਹੁਣ ਤਾਂ ਮਸ਼ੀਨਾਂ ਚੱਲਦੀਆਂ ਹੋਣਗੀਆਂ ਮਸ਼ੀਨਾਂ ਜੋ ਅੱਗੇ ਹੈ ਹੀ ਨਹੀਂ ਪਹਿਲੇ ਅਸੀਂ ਪਿੱਛੇ ਟੋਕਣਾ ਕਟਾ ਲਿਆ ਹੁਣ ਮਸ਼ੀਨ ਪਿੱਛੇ ਕਟਾ ਲੂੰਗੀ ਹਾਂ ਨਹੀਂ ਉਹ ਕਿਹੜਾ ਜ਼ਿਆਦਾ ਮਹਿੰਗੀ ਆਉਂਦੀ ਹੈਗੀ ਕਿਸੇ ਦੀ ਪੁਰਾਣੀ ਧਰਾਣੀ ਪੁੱਛ ਲੈ
सर्फ कह दिंदा मैं लियावा ना लियावा पप्पू का 500 तो सर्फ दी होया प्यागा। वैसे गुस्सा ना करी तेरा घर वाला हैगा बड़ा कबीज। कोई गल नहीं जाए जाएगा कट्टी आनी है। चल मैं पता ले ही आनी है। होर ਤਨੂੰ ਗੱਲਾਂ ਹੋਣਗੀਆਂ। ਉਹ ਤੂੰ ਕਿਦੋਂ ਮੂੰਹ ਚੱਕ ਲੈ ਦਪਹਿਰ ਤੇ ਪਰੇ ਆਪਣੀ ਗਵੰਡਣ ਨਹੀਂ ਹੈਗੀ ਸੀ। ਹਾਂ ਉਹਨਾਂ ਦੇ ਘਰੇ ਕੱਲ ਲੜਾਈ ਹੋਈ ਸੀ। ਫਿਰ ਤੂੰ ਕੀ ਕਰਨ ਜਾ ਰਹੀ ਹੁਣ? ਮੈਂ ਪਤਾ ਲੈਣ ਚੱਲੀ ਆ। ਕਿ ਪਤਾ ਲੈਣ ਨੂੰ ਦੱਸ ਕੀ ਹੋਇਆ ਉੱਥੇ? ਉਹਨਾਂ ਦੇ ਖਾਸੀ ਲੜਾਈ ਹੋਈ ਹੈ, ਮੈਨੂੰ ਲੱਗਦਾ ਕੁੱਟਿਆ ਵੀ ਬਾਹਲਾ। ਚਲ ਮੈਂ ਪਤਾ ਲੈ ਆਨੀ ਆ ਫੇਰ ਕੀ ਹੋ ਗਿਆ। 100 ਗੱਲਾਂ ਹੁੰਦੀਆਂ ਨੇ ਨਾ, ਪਤਾ ਲੈਣ ਨੂੰ ਤੇਰੇ ਬਿਨਾਂ ਪਤਾ ਹੀ ਲੈ ਜਾਂਦੇ ਹੈਗੇ ਉੱਥੇ। ਤੁਸੀਂ ਵੀ ਨਾ ਆਈ ਖਿਜੀ ਜਾਂਦੇ ਹੋ। ਮੇਰੀ ਗੱਲ ਸੁਣੋ, ਉੱਥੇ ਖਾਸੀ ਲੜਾਈ ਹੋਈ ਹੈ, ਮੇਰਾ ਫਰਜ਼ ਵੀ ਬਣਦਾ ਪੁੱਛਿਆ ਵਾ, ਨਾਲੇ ਪਤਾ ਲੱਗ ਜੂਗਾ ਕੀ ਗੱਲ ਹੋਈ ਹੈ। ਜਨਾਨੇ ਉਹ ਇਹੀ ਸਵਾਦਾਂ ਦਾ ਮਾਰ ਖਿਆਗਾ, ਲੋਕਾਂ ਐ ਘਰੇ ਸੂਹਾ ਲੈਂਦੇ ਫਿਰਦੇ ਹੋਗੇ ਨਾ। ਸਵਾਦ ਉਹਨੂੰ ਦੱਸ ਕੀ ਹੋ ਗਿਆ, ਉਸ ਤਾਂ ਐ ਭੜਕਦੇ ਹੋ ਜਿਵੇਂ ਮੈਂ ਪਤਾ ਨਹੀਂ ਕੀ ਗਲਤ ਕੰਮ ਕਰਨ ਚੱਲੀ ਆ। ਉਹ ਗਲਤ ਵਾਲੀ ਗੱਲ ਨਹੀਂ ਯਾਰ, ਇਹ ਜਨਾਨੇ ਆ ਦੂਜਿਆਂ ਦਾ ਘਰ ਵੀ ਖਰਾਬ ਕਰ ਦਿੰਦੇ ਨੇ। ਤੁਸੀਂ ਤਾਂ ਉਹੀ ਗੱਲਾਂ ਕਰੀ ਜਾਂਦੇ ਹੋ। ਕੋਈ ਨਹੀਂ, ਮੈਂ 5 ਮਿੰਟ ਲਾਇਆ ਨਹੀਂ ਉੱਥੇ। ਫੇਰ ਕੀ ਹੈ, ਮੈਂ ਥੋੜੀ ਰੋਟੀ ਪਾਣੀ ਬਣਾ ਕੇ ਰੱਖਿਆ ਹੋਇਆ, ਤੁਸੀਂ ਚੁੱਪ ਕਰਕੇ ਖਾ ਲਿਓ। ਮੈਂ ਹੁਣੇ ਗਈ, ਹੁਣੇ ਆ। ਚਲ ਆ ਜੀ, ਮੈਂ ਟਾਈਮ ਨਾਲ ਜਲਦੀ ਜਾਣਾ ਵੀ ਆ ਫਿਰ ਮੈਂ। ਕੋਈ ਗੱਲ ਨਹੀਂ। ਲੈ ਅੱਜ ਹੰਸਾ ਦਾ ਜੋੜਾ ਇਕੱਠਾ ਬੈਠਾ, ਕਮਾਲ ਹੋ ਗਈ ਨਾ। ਕੀ ਗੱਲ ਅੱਜ ਇਕੱਠੀਆਂ ਬੈਠੀਆਂ ਤੁਸੀਂ? ਕਿਉਂ ਜਰਦੀ ਨਹੀਂ ਬੈਠੀਆਂ ਨੂੰ? ਹਾਂ ਜਰਦੀ ਨੂੰ ਕੀ ਹੋ ਗਿਆ ਲੈ ਦੱਸ ਨਾ। ਮੇਰੀ ਗੱਲ ਸੁਣ, ਉਹਦੇ ਦੀ ਉਹਦੇ ਹਾਂ ਚੱਲ ਕੇ ਮਰਜ਼ੀ ਗੱਲ ਹੋ ਗਈ, ਲੜਾਈ ਹੋ ਗਈ ਸਾਡੇ 'ਚ, ਲੜਾਈ ਫੋਰ ਹੋਏਗੀ ਸਾਡੇ ਰਣਾਂ 'ਚ। ਤੈਨੂੰ ਪਤਾ ਸਾਡਾ ਮੋਹ ਪ੍ਰੇਮ ਕਿੱਦਾਂ ਦਾ ਸੀ, ਤੈਨੂੰ ਪਤਾ ਨਾ। ਅਸੀਂ ਤਾਂ ਰੋਟੀ ਵੀ ਇੱਕ ਥਾਂ ਤੇ ਖਾਂਦੀਆਂ ਸੀ, ਘਰ ਵਾਲੇ ਦੀ ਰੋਟੀ ਉੱਧਰ ਇੱਧਰੋਂ ਲੈ ਆਉਂਦੇ। ਇੱਕ ਵਰਕੀ ਇਹਦੇ ਮੂੰਹ 'ਚ, ਇੱਕ ਵਰਕੀ ਮੇਰੇ ਮੂੰਹ 'ਚ, ਇੰਨਾ ਵੀ ਨਾ ਹਵਾ ਮਾਰੀ, ਇੰਨੀ ਲਹਾਈ ਸੀ ਨਾ ਜੀ। ਇੰਨਾ ਪਿਆਰ ਹੈਗਾ ਆ, ਫੇਰ ਤੁਸੀਂ ਉਸ ਦਿਨ ਕਿਉਂ ਲੜ ਕੇ ਗਈਆਂ? ਲੈ ਹੁੰਦੀ ਰਹਿੰਦੀ ਲੜਾਈ, ਚੋਦੇ 'ਚ ਕੀ ਹੁੰਦੀ ਨਹੀਂ, ਮਾਰਦੀ ਨਾਲੇ ਗੱਲ ਵੀ ਇਸੇ ਨੇ ਛੇੜੀ ਤੀ ਗੁਰੀ। ਨਾਲੇ ਮੇਰੀ ਗੱਲ ਸੁਣ, ਚੁੱਪ ਕਰ ਚੁੱਪ ਕਰ, ਮੇਰੀ ਗੱਲ ਸੁਣ ਨਾ। ਉਹਦੇ ਲੜਾਈ ਹੋਈ ਸਾਡੇ, ਐਸੀ ਵਾਲਾ ਤਾਏ ਮੈਨੂੰ ਕਿਹਾ ਮੇਰੇ ਪੁੜੇ ਪੁੜੇ ਕਟਾ ਕੇ ਧਰਤੇ। ਹਾਂ ਦੇਖੀ, ਕਹਿੰਦੀ ਐਸੀ ਲਿਆ ਆਇਆ ਲਿਆ ਨੰਬਰ ਬਣਾ ਕੇ ਮੁੜ ਕੇ ਮੈਨੂੰ ਸਤੜਾਉਣ ਵੀ ਨਹੀਂ ਆਈ ਪਿਆ ਵਾ ਤੇਰਾ ਬੇੜਾ। ਆ ਪਤਾ ਦੇਖ ਲੈ ਕਿੱਦਣ ਲੈਣ ਆਈ ਹੈਗੀ ਜੰਮੀ। ਮੈਂ ਆ ਗਈ ਪਹਿਲਾਂ ਪਤਾ ਲੈਣ, ਪਤਾ ਲੈਣ ਆਈ। ਆ ਜਿਹੜੇ ਮੈਂ ਕੰਮ ਕਰ ਕਰਦੀ ਸੀ ਤਾਂ ਲੇਟ ਹੋ ਗਿਆ। ਕੰਮ ਇਹਨੂੰ ਕਿਹੜਾ ਕੰਮ ਨੇ ਤੇ ਗੱਲੀ ਆ। ਦੇਖ ਤੁਸੀਂ ਕਿੱਡੇ ਕਿੱਡੇ ਕਾਂਟੇ ਪਾ ਕੇ ਆਈਏ ਤੇਰਾ ਪਤਾ ਲੈਣ। ਤਿਆਰੀਆਂ ਟੌਰਾਂ ਕੱਟ ਕੇ ਪਤੇ ਲੈਣ ਆਉਂਦੀਆਂ, ਕੋਈ ਗੱਲ ਨਹੀਂ। ਜਿੱਦਾਂ ਮੈਂ ਪਤਾ ਲੈਣ ਆਈ ਉਹਦੇ ਦੇਖੀ ਤੂੰ ਮਾਰ ਦੇ। ਦੇਖੋ ਐਵੇਂ ਗੁੱਸਾ ਨਾ ਕਰੋ, ਮੇਰੀ ਗੱਲ ਸੁਣ। ਏਸੀ ਆਇਆ ਕਿ ਨਾ? ਨੀ ਗੱਲ ਸੁਣ, ਤੂੰ ਮੇਰੀ ਕਾਹਨੂੰ ਲੜਾਈ ਪਾਉਣੀ? ਮੈਂ ਕਾਹਨੂੰ ਲੜਾਈ ਪਾਉਣੀ ਆ? ਆ ਦੇਖ ਲੈ ਨੀ ਕਿਆ ਬੋਲਦੀ ਆ। ਮੇਰੀ ਗੱਲ ਸੁਣ ਲੈ, ਇਹਨੂੰ ਹਰਮਨ ਨੂੰ ਕਹਿਣ ਦੀ ਕੋਈ ਲੋੜ ਨਹੀਂ, ਠੀਕ ਆ? ਮੇਰੇ ਨਾਲ ਨਜਿੱਠ ਜਿਹੜੀ ਨਜਿੱਠਣੀ ਆ, ਸਾਡੇ ਘਰੇ ਆ ਕੇ ਗੱਲਾਂ ਦੇ ਸਵਾਦ ਲੈਣੀਆਂ ਹੈ। ਹਾਂ ਸਵਾਦ ਆ ਦੀ ਕੋਈ ਗੱਲ ਨਹੀਂ, ਮੈਂ ਤਾਂ ਤੇਰਾ ਪਤਾ ਲੈਣ ਆਈ ਸੀ। ਕੋਈ ਲੋੜ ਨਹੀਂ, ਭੱਜ ਸਾਡੇ ਪਤੇ ਲੈਣ ਦੀ ਕੋਈ ਲੋੜ ਨਹੀਂ। ਦੇਖ ਦੇਖ ਮੱਚ ਬਗ ਜਾ ਕਿਤੇ ਹੋਰ ਨਾ ਖੌਸਰੇ ਖਾ ਲਈ। ਇਹ ਕਹਿੰਦੀ ਮੇਰੇ ਵਰਗਾ ਨਹੀਂ ਕੋਈ ਜੱਗ ਜਾ। ਇਹ ਤਾਂ ਸਹੀ, ਦੁਪਹਿਰੇ ਦੁਪਹਿਰੇ ਕਾਲੀ ਨਾਗਣ ਬਣੀ ਫਿਰਦੀ ਆ, ਕਾਲਾ ਸੂਟ ਪਾ ਕੇ ਮਾਰ ਦਿਆ ਕਾਲਾ। ਹਾਂ ਨਮ ਨਮ ਤੇ ਬਾਲੀ ਬੁਰੀ ਲੱਗਣ ਲੱਗ ਗਈ ਹੁਣ ਇਹ, ਬਹੁਤ ਬਾਲੀ ਜ਼ਿਆਦਾ ਬੁਰੀ ਲੱਗਦੀ ਆ। ਆਪਦੇ ਆਪ ਜਨ ਟੌਰਚ ਕਿੰਨੀ ਜੇ ਲਾ ਕੇ ਕਹਾਉਂਦੀ ਆ ਬਾ ਹੈ ਨਹੀਂ। ਚੰਗਾ ਤੂੰ ਵੀ ਜਾ ਫਿਰ, ਮੈਂ ਕੱਪੜੇ ਧੋਵਾਂ। ਨਹੀਂ ਮੈਂ ਤਾਂ ਸੋਚਦੀ ਸੀ ਨਾ ਚਾਹ ਪਾਣੀ ਪੀ ਕੇ ਜਾਂਦੀ। ਚਾਹ ਪਾਣੀ ਅੱਜ ਦੁੱਧ ਖਰਾਬ ਹੋ ਗਿਆ ਸੀ ਉਹ ਨਹੀਂ, ਉਹ ਫਿਰ ਫਰਿੱਜ ਆ ਉਹ ਕੀ ਕਰਦਾ ਗਾ ਹੈ, ਉਹਨੇ ਰਾਤ ਅਈ ਖੁੱਲਾ ਛੱਡਤਾ ਹੈ ਤੇ ਉਹ ਤਾਂ ਦੁੱਧ ਖਰਾਬ ਹੋ ਗਿਆ, ਤਾਂ ਕਰਕੇ ਕਹਿੰਦੀ ਸੀ ਮੈਂ। ਹੋਰ ਨਹੀਂ ਧਰ ਲੈਂਦੀ ਮੇਰੇ ਚਿੱਤ ਚ ਤਾਂ। ਚਲ ਉਹਨੂੰ ਛੱਡ ਨਹੀਂ, ਮੈਂ ਤੈਨੂੰ ਐ ਕਹਿਣੀ ਹੈਗੀ ਮੈਥੋਂ ਨਾ ਆਹ ਦੇਖਿਆ ਨਹੀਂ ਜਾਂਦਾ ਹਨਾ, ਤੂੰ ਜਦੋਂ ਹੱਥਾਂ ਨਾਲ ਮੈਲ ਕਰਦੇ ਆ ਕੱਪੜਿਆਂ 'ਚ ਦੇਖੀ ਲੈ, ਆਹ ਦੁਖਦੇ ਨੇ, ਕਿੰਨੇ ਪੱਟ ਰਹੇ ਨੇ ਹੱਥ ਤੇਰੇ। ਦੁਖਦੇ ਵੀ ਆ, ਦਿਖਾ ਚੀਜ਼ਾਂ ਦੁਖਣ ਲੱਗ ਜਾਂਦੀਆਂ ਮੇਰੇ, ਦੇਖ ਨਹੀਂ ਕਿੰਨੇ ਸਾਫਟ ਸਾਫਟ। ਚੱਕ ਮੈਂ ਕਹਿੰਦੀ ਮਸ਼ੀਨ ਲੈ ਲੈ ਵਧੀਆ ਰਹੇਗੀ। ਗੱਲ ਤਾਂ ਤੇਰੀ ਵੀ ਸਹੀ ਆ ਨੀ, ਮਸ਼ੀਨ ਚ ਧੋ ਕੇ ਪਾ ਕੇ ਕੱਪੜਿਆਂ ਤੇ ਟੌਰ ਨਾਲ ਬੈਠੀ ਰਿਆ ਕਰ। ਮੈਂ ਕਹਿੰਦੀ ਆ ਇੰਨੀ ਆਰਾਮਦਾਰੀ ਆ ਪੁੱਸ ਨਾ, ਐ ਕਹਿੰਦੀ ਮੈਂ। ਦੇਖ ਲੈ ਉਹ ਬਟਨ ਜਿਹਾ ਹੁੰਦਾ ਗਾ, ਇੱਕ ਵਾਰੀ ਮਸ਼ੀਨ ਚ ਕੱਪੜੇ ਪਾ ਦੋ, ਨਾਲ ਪਾ ਦੋ ਪਾਣੀ, ਪਾਈਪ ਜੀ ਲੱਗੀ ਹੁੰਦੀ ਆ, ਤੈਨੂੰ ਬਾਲਟੀ ਚੱਕਣ ਦੀ ਵੀ ਲੋੜ ਨਹੀਂ ਹੈਗੀ। ਸੌਂ ਖਾਣੀ ਮੈਂ ਕਹਿੰਦੀ ਪਾਣੀ ਵੀ ਆਪੀ ਪੈਂਦਾ ਗਾ, ਸਰਫ ਪਾ ਦੋ, ਆਪਣੇ ਆਪ ਕੱਪੜੇ ਧੋਤੇ ਜਾਂਦੇ ਨੇ, ਆਪਣੇ ਆਪ ਹੀ ਸੁੱਕ ਜਾਂਦੇ ਨੇ, ਤੇ ਵੀ ਆਪਣੇ ਆਪ, ਤੇ ਵੀ ਆਪਣੇ ਆਪ, ਵਾਜਾਂ ਦੇ ਪੇਟੀ ਚ ਵੀ ਆਪਣੇ ਆਪ। ਇਹਦਾ ਮਤਲਬ ਤਾਂ ਬੜਾ ਸਾਰਾ ਹੋ ਗਿਆ। ਨਹੀਂ ਬੋਲੀਏ, ਮੈਂ ਤਾਂ ਲਿਆਉਂਗੀ। ਨਹੀਂ ਮੇਰੀ ਗੱਲ ਤਾਂ ਸੁਣ ਲੈ, ਤਾਰ ਤੇ ਥੋੜੀ ਪੈਣਗੇ ਆਪਦੇ ਆਪ ਉਸ ਕਰ ਦਿੰਦੇ ਹੋਣਾ ਫਿਰ। ਹਾਂ ਨਹੀਂ ਕੱਢ ਕੇ ਤਾਂ ਆਪੀ ਪਾਉਣੇ ਪੈਣਗੇ।
मैं हुणे गल कर लूंगी जे तू कहे कर ली गल कर ली तू मैं तेन गल करनी थी की गल करनी सी ओहो थोड़े घरे मशीन नहीं हैगी है ना कपड़े धोन वाली मैं गुरी देखी अज कपड़े धोंदी बेचारी दा बाला बुरा हाल हो रहा थी धुप च ओ हुण तू उहनू कोई होर नवी सिंगणी ते नहीं छेड़ी ओ नहीं भाई मेरी गल सुन हां हैं पुरानी मैं पुरानी गल कहनी हैगी इथों आ दुकान हैगी अपने नेड़े ही उहनां तों नवी मशीन लै लो किश्तां कर लैंदे ने बेचारे ओ मशीन नवी उही आ जूगी भरजाई उही मरी जांदे ने तुहानू की हो रहा थू जनानी नूं हुंदे जिहड़ी पहली पेमेंट डाउन पेमेंट जिहड़ी हुंदी आ ओह करके किश्तां ते चक लो मशीन किड्डी गल हैगी मशीन नवें तों नवां सैपा पाई रख्या करो मेरा घर ना बसण दिओ तुसीं बे ते मेरी गल सुन माड़ा मोटा तां कमाऊं देख भाई मेरी गल सुन मैं ओनू जबान दे आई हुण मेरी जबान ते रख लै चल देखदा फिर तेरे बाई नाल तेरी किन्नी हैगी है तेरी आड़ी किन्नी पक्की हैगी थोनू मैं घरे कदे रोटी खाण तों बिना नहीं मोड़िया हैगा चल देखदा फिर मैं हुण मशीन कित्थों हुण मशीन आहा इन्हां दी भोले की टिड्डे की दुकान हैगी ए दिंदे ने किश्तां दे मशीन चक लै ओ की हत्थां नाल धोता लैंदी आ ओ बे हत्थां नाल ओदे हत्थ देख पक्के पए ने जमी चल चंगा भरजाई कर लूंगा महिला नाले ना उहनू कुट्टिया ना कर उही माड़ी माड़ी गल ते कुट्टण बह जांदा चल ठीक है मैं देखदा फिर कोई गल चंगा चंगा बणिया फिरदा कोई नी अग तां पुत्त हुण लगू थोड़े घरे ਮੈਨੂੰ ਵੀ ਕੀ ਜਾਣਦੇ ਹੋ ਤੁਸੀਂ ਹੁਣ ਤਾਂ ਚੱਲ ਗੱਲ ਤਾਂ ਮੰਨ ਵੀ ਲੈਂਦਾ ਆਲੂ ਲਿਆ ਕੇ ਸੱਟ ਤੇ ਵੀ ਚੱਲ ਕਿੱਧਰ ਫਿਰਦੀ ਰਹੂੰ ਕਦੇ ਤਾਂ ਆਖੇ ਲੱਗ ਜਾਂਦਾ ਕਦੇ ਤਾਂ ਢਿੱਡ ਮਚਾ ਲੈਂਦਾ ਕਦੇ ਕਦੇ ਨਹੀਂ ਆਖੇ ਲੱਗਦਾ ਕਦੇ 70 ਪਲੇਟ ਕਰ ਦਿੰਦਾ ਚੱਲ ਤੀਵੀਂ ਵੱਜਦੀ ਹੁੰਦੀ ਰਹਿੰਦੀ 70 ਪਲੇਟ ਹੁਣ ਤਾਂ ਚੱਲ ਉਹ ਕੱਪੜਿਆਂ ਨੂੰ ਕਹਿੰਦੀ ਆ ਮੇਰੇ ਤਾਂ ਹੱਥ ਵੀ ਇੰਨੀਆਂ ਪਾਟੀਆਂ ਪਈਆਂ ਸਿੱਟੇ ਸਰਫ ਚ ਮੌਜਾਂ ਨਾਲ ਸੌਂਗੀ ਕਦੋਂ ਮਰਜੀ ਆਪੀ ਸੁਕਾ ਦਿਆ ਕਰੂਗੀ ਹੁਣ ਜੇ ਮਸ਼ੀਨ ਖਰਾ ਆ ਜੇ ਤਾਰ ਤੇ ਵੀ ਸੁੱਕਣੇ ਪ੍ਰੈਸ ਕਰਨ ਵਾਲੀ ਸਾਰੀ ਆ ਜੇ ਮੈਂ ਧੋ ਵੀ ਲੈ ਲੈ ਇਹਨੂੰ ਮਨਾ ਲਾਂ ਕੁਛ ਨਹੀਂ ਹੁੰਦਾ ਹੈਗਾ ਅਤੇ ਪਰ ਹੁਣ ਮਸ਼ੀਨ ਤਾਂ ਲਿਆਉਣੀ ਪਊਗੀ ਸਰਦਾ ਨਹੀਂ ਹੈਗਾ ਗਾ ਮਨਾ ਲੂੰਗੀ ਚੱਲ ਕੋਈ ਗੱਲ ਨਹੀਂ ਆਉਣ ਦੇ ਇਹਨੂੰ ਮਨਾ ਕੇ ਰੱਖੂੰ ਐਂ ਤਾਂ ਮਨ ਵੀ ਲਊਗਾ ਖਰ ਮੇਰੀ ਜੇ ਨਾ ਮੰਨੀ ਢੋਕਣੇ 'ਚ ਚਾਰ ਵਾਰ ਖਾ ਕੇ ਬਹਿ ਜੂੰਗੀ ਜਮਾ ਗਿਆ ਅਤੇ ਅਰਗੀ ਕੋਈ ਰੀਸ ਨਹੀਂ ਹੈਗੀ ਗੀ ਓ ਹੈਲੋ हाँ आ गया आ जाओ जी आ जाओ ओ किथे है इत्थे जी आ जाओ आ जाओ आ जाओ किथे की करी जनी यार रसोई सारा दिन ज्यादा रसोई च बड़ी रहनी जा भांडे नहीं समझदे जा कपड़े नहीं समझदे गुस्सा का तो करदा हुन मेरी गल सुन मैं तो तेनु कुछ नहीं कहंदी मैं ता फिर तेनु पता मेरे ता इसला होर तेरे खीर बना के दे मैं अज चाय बना के दे दनी है कि दूध च पत्ती पा दनी है पानी लिया पहला ऊ चावला ना मरी जा ਗੁੱਸਾ ਨਾ ਕਰਿਆ ਕਰ ਪੜਿਆ ਤੂੰ ਤਾਂ ਹੀ ਲੱਗ ਜਾਣਾਗਾ ਅੱਜ ਸੂਰਜ ਕਿੱਧਰੋਂ ਚੜਿਆ ਹੈ ਸੂਰਜ ਤਾਂ ਸੂਰਜ ਤਾਂ ਉਧਰ ਹੀ ਚੜਦਾ ਜਿੱਥੇ ਚੜਦਾ ਨਾ ਕਰਿਆ ਕਰ ਹੋਰ ਗੁੱਸਾ ਕਰਕੇ ਬਹਿ ਜਾਣ ਲੈ ਫੜ ਪਾਣੀ ਚੰਗਾ ਨਾਲੇ ਉਹ ਗੱਲ ਸੁਣ ਉਹ ਭਰਜਾਈ ਮਿਲੀ ਸੀਗੀ ਅੱਸਿਆ ਹਾਂ ਜੀਤੇ ਗਲੀ ਹਾਂ ਉਹ ਕਹਿੰਦੀ ਵੀ ਉਹ ਕੱਪੜਿਆਂ ਦੀ ਮਸ਼ੀਨ ਬਾਰੇ ਗੱਲ ਜੀ ਕਰਦੀ ਹੋਣੀ ਤੇਰੇ ਹੱਥ ਉੱਤ ਜੇ ਖਰਾਬ ਨੇ ਕਹਿੰਦੀ ਮਸ਼ੀਨ ਲਿਆ ਕੇ ਦੇ ਕੱਪੜਿਆਂ ਵਾਲੀ ਆਈ ਸੀ ਮੇਰੇ ਕੋਲ ਵੀ ਮੈਨੂੰ ਵੀ ਕਹਿੰਦੀ ਕਹਿੰਦੀ ਕੱਪੜਾ ਵਾਲੀ ਮਸ਼ੀਨ ਲੈ ਲੈ ਮੈਂ ਕਿਹਾ ਨਾ ਅਸੀਂ ਲੈਂਦੇ ਆਈ ਮੈਂ ਖਰਚਾ ਕਰ ਦੇ ਫਿਰ ਮੈਂ ਤੱਥੀ ਤੋਂ ਲਿਆ ਕਰੂੰਗੀ ਰਹਿਣ ਦੀ ਫਿਰ ਲਈਏ ਨਾ ਨਹੀਂ ਊਂ ਤਾਂ ਲੈ ਵੀ ਆ ਉਹ ਮਾੜੀ ਵੀ ਨਹੀਂ ਹਨ ਤੋ ਤੂੰ ਕਿ ਕੱਪੜੇ ਬਦਗਾ ਆਪੀ ਸਕਾ ਦਿੰਦੀ ਆ ਫਾਇਦਾ ਵੀ ਆ ਉਹਦਾ ਮੈਂ ਤਾਂ ਇਹ ਤੂੰ ਚੱਲਣੀ ਨਹੀਂ ਹੈਗੀ ਉਹ ਚੱਲਣੀ ਕਿਉਂ ਨਹੀਂ ਮੈਂ ਸਿੱਖ ਜਾਊਂਗੀ ਤੂੰ ਦੇਖੀ ਤਾਂ ਜਾਈ ਆਪੀ ਸਿੱਖ ਜਾਊਂਗੀ ਮੈਂ ਲਿਆਉਣੀ ਹੈ ਕਿ ਹੁਣ ਤੂੰ ਦੱਸ ਦੇ ਲਿਆਉਣੀ ਆ ਲਿਆਉਣੀ ਆ ਮੈਂ ਤਾਂ ਕਹਿੰਦਾ ਰਹਿਣ ਦੇ ਨਾ ਕਾਹਨੂੰ ਖਰਚਾ ਕਰਦੇ ਆ ਐਵੇਂ ਕੂਲਰ ਲੈ ਆਵਾਂਗੇ ਨਹੀਂ ਕੂਲਰ ਤੋਂ ਕੀ ਕਰਾਉਣਾ ਮਸ਼ੀਨ ਲੈ ਆਵਾਂਗੇ ਆਪਾਂ ਚੱਲ ਤੂੰ ਦੇਖ ਲੈ ਕੂਲਰ ਅਗਲੇ ਸਾਲ ਦੇਖ ਲਾਂਗੇ ਨਾਲੇ ਉਹ ਕਿੱਥੇ ਛਲਾਰੂ ਜਾ ਆਇਆ ਨਹੀਂ ਹੈਗਾ ਹਲੇ ਤੱਕ ਰੀਲਾ ਬਣਾਉਣ ਗਿਆ ਹੋਈ ਨਹੀਂ ਹੈ ਉਹ ਜੜੇ ਨਹੀਂ ਦੇਗੇ ਤੁਝੇ ਯਾਰੇ ਬੋ ਦੇਖ ਬਿਰਾ ਛੜਾ ਹੋਵੇ ਤਾਂ ਇਹ ਦੇਖ ਖੜਾ ਬੋਡੇ ਨਾਲ ਬੋਡਾ ਤਾਂ
ਯਾਰ ਵੀਰੇ ਛੜਾ ਯਾਰ ਮੇਰੀ ਦੀਦੀ ਵੀ ਮੈਨੂੰ ਲੱਗਦਾ ਵਿੱਚੇ ਰੜੀ ਹੋਈ ਹੈ ਬੱਚੇ ਹੁਣ ਵੀ ਛੜਾ ਦੱਦ ਕੱਢੀ ਆ ਤੇਰੇ ਹੈ ਜਦੋਂ ਬਾਏ ਲਵੇ ਵਗ ਜਾ ਫਿਰ ਉਹੀ ਰੋਣ ਵਾਲਾ ਬੂ ਕਰ ਲੈਣਗੇ ਵਿਆਹ ਵਿਆਹ ਡੜੇ ਮੈਨੂੰ ਕੱਲ੍ਹ ਖਟਵਾਤਾ ਹੁਣ ਲਵੇ ਖੜੀ ਹੀੜ ਫੀੜ ਵੀਰਾ ਛੜਾ ਕੁਟੂ ਬੈ ਤੂੰ ਜਿੱਦੇ ਕੋਟਿਆ ਬਹੁਤ ਭੈੜਾ ਕੁਟੂ ਬੈ ਤੂੰ ਬੱਚਾ ਵੀਰੇ ਛੜਾ ਜੀ ਆ ਕੇ ਪੁੱਛਦਾ ਆ ਜੀਜਾ मेरी भी बना दी चंगा साडी दोनों जणा दी फोटो बनाई तेरे लाऊं गुतनी गुतनी गुट्टू तेरी मैं साडी दोनों जणा दी कैमरा मैं रखू तेरे ते इदी ता गर्दर कट जू लोग कट के बिना गर्दर वाला बंदा आ गया या हो मेरी पिछे जे खट जी असी दोने जने आउणे चाहिए पिछे खट के फिर तेरी गर्दर नी आउणी लोग कहण के इदी गर्दर एड़ी है या हो गए मैं रील पा लूंगी जी हां आप रील बनावांगे तू बना ली फिर ता अग्गा आउणगी देखी जाए जोड़ के अग्गा लड्डू या हो बेटा सारू खाना है मेरे ता जी करदा दोनों नु अग ला दा मैं आए ना कर चुप कर वे तू देख मेरे छाले मेरे आड़ तो पहला बोडे वाला बोटा लाके किवे हिड़ हिड़ करी जा दी बाए आ गया ओदी बच के तू भी रली होई है या हो चुप नहीं करता बे हैं वे हो फरा मारदा क्यों ना मेरे भाई दे मैं मारा चुप मैं मारा जग दे मैं मारा मेरी गल हो रहा तू ना मारया कर चंगा मेनू तो तेरे नाल गल करन वेरी भी लोग लोग चुप कर जा बहुत छोटा टेलर है कपड़े वधिया चाहुदा है बकवास ना मार मेरी गल सुन ले मैं सलाह बनाई थी कपड़े धोने वाली मशीन लिया दी तेरी भैन नू हाथ नाल धो धो के हाथ खराब और बेइयां पा रही ने ਉਪਰਜਾਈ ਸਨੇਹਾ ਲੱਗ ਗਈ ਦੀ ਵੀ ਚੱਲ ਕਿਸ਼ਤਾ ਕੁਸ਼ਤਾ ਤੇ ਮਿਲ ਜਾਂਦਾ ਆਪਾਂ ਲੈ ਲੈਨੇ ਆ ਮੇਰੀ ਗੱਲ ਸੁਣ ਲੈ ਜੇ ਇਹ ਜਿਹੜੇ ਏਸੀ ਦੇਤਾ ਓਹੇ ਜੀ ਇਹ ਬਸੀੜ ਦੇ ਤੂੰ ਬਾਹਰ ਕੋਈ ਆਏ ਆਏ ਮੈਨੂੰ ਪਤਾ ਆਪਦੇ ਪਤੀ ਪਰਮੇਸ਼ਵਰ ਦਾ ਪਤਾ ਹੁੰਦਾ ਵੀ ਕਿੱਥੇ ਆਖੇ ਲੱਗ ਜੂ ਕਿੱਥੇ ਨਹੀਂ ਹੈ ਪਤਾ ਤੈਨੂੰ ਕਿੱਥੇ ਡਾਗ ਫੇਰੂ ਕਿੱਥੇ ਝਾੜੂ ਫੇਰੂ ਚੱਲ ਕੋਈ ਗੱਲ ਨਹੀਂ ਹੈ ਕਰ ਕਰਦਾ ਹਾਂ ਹੁਣ ਮੇਰੀ ਹਣ ਤੂੰ ਪਿੰਡ ਕਿਤੇ ਜਾਏਗਾ ਹਲੇ ਨਹੀਂ ਜਾਂਦਾ ਛੁੱਟੀਆਂ ਕੱਟਣ ਆਇਆ ਹੈ ਤਾਂ ਛੁੱਟੀਆਂ ਕੱਟਣ ਨੂੰ ਮੇਰੇ ਸਰਦਾ ਹੈ ਪੂਰੇ 8ਵੀਂ ਕਲਾਸ ਚ ਪੇਪਰ ਦਿੰਦਾ ਹੈ ਕਾਥੋ ਕਰਦਾ ਹਜੇ ਸ਼ੋਰ ਜੀ ਉਬਰਾ ਜਵਾਕ ਨੂੰ ਉਹ ਹੀ ਗਾਲਾਂ ਦੇ ਜਾਂਦਾ ਐ ਨਾ ਕਰਿਆ ਚੰਗਾ ਮੇਰੀ ਗੱਲ ਸੁਣ ਤੂੰ ਤੇਰੀ ਭੈਣ ਨਾਲ ਤੂੰ ਵਗ ਜੀ ਮੈਂ ਉਧਰੋਂ ਤੂੰ ਨਹੀਂ ਜਾਂਦਾ ਹਾਏ ਆਪਦੇ ਪਸੰਦ ਦੀ ਚੱਕ ਲਿਆਂਦਾ ਮਸ਼ੀਨ ਆਏ ਕਾਥੋ ਕਰਦਾਗਾ ਕੱਪੜੇ ਤੈਂ ਧੋਣੇ ਨੇ ਕਿ ਮੈਂ ਧੋਣੇ ਨੇ ਮੇਰੇ ਸਾਲ ਦੀ ਡੰਗਰ ਆ ਇਹ ਰੂਪ ਜੇ ਪਸੰਦ ਦਾ ਪਤਾ ਹੁੰਦਾ ਤੇਰੇ ਨਾਲ ਵਿਆਹ ਕਰਵਾ ਲਾਂਦਾ मशीन लिया मैं हले थोड़ा जा काम जा रहा खेत बाड़ी वाला जाके कराया मैं खूह चल गूठा तो तेरा लगू ਤੁਸੀਂ ਬਾਗ ਜੋ ਆਪੇ ਕਰਿਆ ਹੂੰ ਮੈਂ ਪੈਸੇ ਪੂਰੇ ਕੋਈ ਲੰਬਰ ਲੰਬਰ ਲੈਣ ਲੱਗੇ ਲੰਬਰ ਉਹ ਜਿੱਤੇ ਕੀ ਦੁਕਾਨ ਐਡੀ ਉਹਨਾਂ ਦੇ ਬਾਗ ਜੋ ਤੁਸੀਂ ਉਹ ਲੰਬਰ ਲਿਖਾਉਣ ਲੱਗ ਗਏ ਜੇ ਵੈਲ ਮੈਂ ਹੁਣ ਦੇ ਦੂ ਨੰਬਰ ਮੈਂ ਕਹੀ ਜਾਂਦਾ ਬਾਗ ਜੋ ਸੁਣਦੇ ਜਾ ਜਾ ਤੇ ਫਿਰ ਲੋੜਦੀ ਹੈਗੀ ਨਾ ਮਸ਼ੀਨ ਤਾਂ ਲੈ ਮਗੇ ਪ੍ਰੂਫ ਤਾਂ ਨਹੀਂ ਮੰਗਦੇ ਮੈਂ ਹੁਣ ਤੈਨੂੰ ਪੁੱਛਣ ਦਾ ਤਾਂ ਹੱਕ ਹੀ ਹੈਗਾ ਐ ਕਿ ਇਹਨੂੰ ਐ ਕਹਿ ਦੀ ਕਿ ਵੀ 10 ਨੰਬਰ ਹੋ ਚੱਪਲ ਹੈ ਚੱਪਲ ਤਾਂ ਕੋਈ ਨਾ ਪ੍ਰੂਫ ਪੁੱਛਿਆ ਮੈਂ ਕੁਛ ਲੈ ਜਾਣਾ ਤਾਂ ਨਹੀਂ ਆ ਜਾ ਚੱਲ ਗਏ ਬੇ ਬਾਗ ਚੱਲ ਆ ਜਾ ਕੰਜਰਾ ਕੋਈ ਨਾ ਬਾਗ ਜਾਣਨੇ ਆ ਸੀ ਬਾਗ ਆ ਜਾ ਚੱਲ ਗਏ ਆ ਜਾ ਚੱਲ ਗਏ ਜਾ ਜਾ ਤੁਸੀਂ ਮੈਂ रंग केड़ा लेके आवा रंग ले आई तू पीला ले
फ्रिज ये कपड़े तो वाली बशीर है तैनु भी पता अपने लिया रखी है अकबर दी गल है करे देखी भी है मुंह भी देख के मसीन चुप कर ओ भाई नु ता पुसलो दुकान वाले कुत्ते बूथा ही बूथा पर ने पर चकनी भी कहता भाई सासरी काल है किवे है ठीक है ओसे करे किवे सारे अरे बेरे भाग रहो जाओ बद्दया रु बद्दया रु भाई सासरी काल मतलब थले बह के कर कुर्सी धरी पई आख मेरी गल सुन भाई ना एक गल तू ऐ करी देखी रही अपने को पंजी रुपये नहीं है गे ठीक आधार कार्ड ला के अपन मशीन चुका दे फिर भर दया करा गे मशीन चुका कल जब तू क्या चढ़ा फिर तेरी साहु दे दल गए किश्त दे दे के मशीन और कुछ हो जाए थोड़े पर तो भरनी पैन गे भर दिया गे नगा सी चल कोई मेरी जान पहचान है भाई मशीन दिखा दे मशीन दिखा दे भाई तेरी बात सुन तो क्या चढ़ा पे मैं तर जानिया भी बाहर कड़े मगा मशीन से टाऊंगी बाहर चल भाई बड़े गलत मत चल चुप करो भाई तू मशीन दिखा हां ਇਹ ਭਾਈ ਹਾਇਰ ਦੀ ਮਸ਼ੀਨ ਹੈ ਸਭ ਤੋਂ ਵਧੀਆ ਇਹੀ ਵਿਕਰੀ ਹੈ ਸਾਡੇ ਲਵੇ ਬਾਕੀ ਦੇ ਟੱਕਣ ਵੀ ਨਾਲ ਨੇ ਲੈ ਗੁਆਤੀ ਗੱਲ ਟੱਕਣ ਵੀ ਨਾਲ ਨੇ ਹੋਰ ਟੱਕਣ ਦਾੜੀ ਉਹਦੇ ਮਸ਼ੀਨ ਦੇ ਹੋਰ ਮੇਰੇ ਸਾਲੇ ਚਾਹੀਦਾ ਤੋੜ ਕੇ ਟੱਕਣ ਵੀ ਨਾਲ ਨੇ ਤੇਰਾ ਭਾਈ ਵੀ ਛੁੱਡ ਲਾਈ ਤੁਸੀਂ ਕਹਿੰਦਾ ਨਾ ਭਾਈ ਕਈਆਂ ਦੇ ਨਾ ਅਲੱਗ ਵੀ ਆਉਂਦੇ ਅੱਛਾ ਟੁੱਟਿਆ ਪਿਆ ਗੋ ਆ ਸੀ ਨਹੀਂ ਲੈ ਅੱਛਾ ਜੁੜਿਆ ਹੋਇਆ ਇਹਦੇ ਨਾਲ ਠੀਕ ਆ ਦੇਖਾਂ ਭਾਈ ਇਹਦੇ ਕੋ ਸੁੱਚਾ ਕਿੱਥੇ ਨੇ ਮੈਂ ਤਾਂ ਸੁੱਚੇ ਚਲਾਵਾਂਗੇ ਸੁੱਚਾ ਸੀ ਹੈ ਭਾਈ ਇਹ ਪਾਣੀ ਪੈਣ ਤੋਂ ਅਲੱਗੇ ਹੋਏ ਤੇ ਇਹ ਤਾਂ ਲਾ ਦਾਂਗੇ ਫਿਰ ਅਗਲੇ ਨੂੰ ਪਤਾ ਲੱਗੇ ਵੀ ਸੁੱਚਾ ਮੈਂ ਮੇਰੇ ਸਾਲੇ ਦਾ ਨਾ ਵੱਧਾ ਘਾਟਾ ਹੋ ਗਿਆ ਭਾਈ ਉਰੇ ਦਾ ਜਦੋਂ ਦਾ ਮੈਂ ਛੋਚੀ ਹੈ ਨਾ ਮੇਰੇ ਛੜੀ ਚੜਦੀ ਕਿੱਥੋਂ ਹੂੰ ਹਾਂ ਕੋਈ ਗੱਲ ਇਹ ਤਾਂ ਪਟੜਾ ਪਊਗਾ ਇਹ ਤਾਂ ਚਿੱਤਰ ਜੀਜਾ ਤਾਂ ਖੱਟੇ ਰੰਗ ਦੀ ਕਹਿੰਦਾ ਸੀਗਾ ਕੋਈ ਗੱਲ ਨਹੀਂ ਤੁਸੀਂ ਲੈ ਲਓ ਖੱਟੇ ਰੰਗ ਦੀ ਹੋ ਗਈ ਖੱਟੇ ਰੰਗ ਦੇ ਤਾਂ ਨਹੀਂ ਮਿਲਣੀ ਭਾਈ ਆ ਤਾਂ 골ਡਨ ਰੰਗ ਮਿਲ ਜੂਗਾ ਜਾਂ ਬਲੈਕ ਕਲਰ ਮਿਲ ਜੂ ਤੁਸੀਂ ਚਬਾਰੇ ਤੇ ਲਾਉਣੀ ਹੈਗੀ ਕਹਾ ਖੱਟੇ ਰੰਗ ਚੱਲੀ ਲੈ ਦੇ ਨੀਲੀ ਦੇ ਦੇ ਚੱਕ ਲੈ ਕਰੂੰਗੀ ਮੈਂ ਰਸੋਈ ਚ ਧਰਨ ਵਾਸਤੇ ਬਾਤ ਨਹੀਂ ਰਸੋਈ ਚ ਨਹੀਂ ਧਰਦੇ ਹੁੰਦੇ ਇੱਥੇ ਹੋਰ ਕੀ ਖੂਬੀਆਂ ਨੇ ਭਾਈ ਭਾਈ ਤੁਸੀਂ ਜਮਾ ਟੈਨਸ਼ਨ ਨਾ ਲਓ ਤੁਸੀਂ ਬੈਠੋ ਬਿੱਲ ਕਟਾਉਣ ਵਾਲੇ ਚਾਹ ਪੀਨੇ ਆਪਾਂ ਨਾਲੇ ਤੁਹਾਨੂੰ ਸਾਰੀ ਚਾਹ ਨਹੀਂ ਪੀਂਦੇ ਚਾਹ ਨਹੀਂ ਪੀਂਦੇ ਨਾ ਬੱਤਾ ਪੀਨੇ ਆ ਬੈਠ ਕੇ ਗੱਲ ਦੱਸ ਸਾਨੂੰ ਇਸ ਮਸ਼ੀਨ ਦੇ ਜਾਂਦੇ ਸਾਰੇ ਸਮਝਾ ਦੇਣਾ ਜੀ ਕੋਈ ਗੱਲ ਮੇਰੀ ਗੱਲ ਮੇਰੇ ਛੱਡ ਦੇ ਪਹਿਲਾਂ ਤਾਂ ਐਂ ਕਰ ਹਾਂ ਵੀ ਦੇਖੋ ਆਗ ਜੇ ਪੱਤ ਦੇ ਵਿੱਚ ਮੱਲ ਆਪਣਾ ਮਰੁੱਕਾ ਕੇ ਮਰਨੇ ਕਾਗਜ ਪੱਟੀ ਆ ਨਾ ਲੋਕਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਆਪਾਂ ਨਵੀਂ ਲੈ ਕੇ ਆਏ ਆਏ ਤੈਨੂੰ ਦੇ ਆਕਲਾ ਆਏ ਪਰ ਇੱਕ ਗੱਲ ਦੀ ਕਮੀ ਆ ਹੈ ਬਦ ਇਹ ਵਧਗਾਗੀ ਉਹ ਤਾਂ ਹੋਈ ਸੀ ਬੜੀ ਤੋੜਿਆ ਚਾਹ ਲੱਗੇ ਦੀਦੀ ਬੁਹਾਰੀ ਤੋੜਿਆ ਚਾਹ ਲੱਗੇ ਪਹਿਲਾਂ ਹੀ ਆਏ ਤੀ ਤੈ ਤੋੜੇਗਾ ਪੱਪਗਾ ਚਾਹ ਲੱਗੇ ਪਰਲਾ ਵੀ ਟੁੱਟਿਆ ਹੋਊ ਪਰਲਾ ਵੀ ਟੁੱਟਿਆ ਦੇਖ ਲੈ ਨਾ ਵੀ ਨਾ ਲੱਗਿਆ ਤਾਂ ਮਰਨੇ ਨੇ ਤੋੜ ਕੇ ਧਰਤਾ ਹਾਂ ਆ ਦੇਖ ਹੁਣ ਤਾਂ ਬਾਲ ਗਈ ਸੁੱਚਾ ਨੇ ਗਈਆਂ ਇਹਦੇ ਵਿੱਚ ਹਨ ਇਹਦੇ ਸੁੱਚਾ ਜਾਦੇ ਨੇ ਇਹਦੇ ਸੁੱਚਾ ਜਾਦੇ ਮੈਂ ਤਾਂ ਹੀ ਤਾਂ ਕਿਹਾ ਤੀ ਮੈਂ ਕਹੋ ਤਾਂ ਬੰਦ ਜੇ ਦਿੰਦਾ ਅਗਲਾ ਕੋ ਸੁੱਚਾ ਵਾਲੀ ਨਹੀਂ ਹੈਗੀ ਹੋਰ ਸੁੱਚਾ ਜਾਂ ਦੇਖਣੀਆਂ ਚਾਹੀਦੀਆਂ ਨੇ ਹੋਰ ਪਤਾ ਲੱਗੇ ਮੇਰੇ ਛੜਦਾ ਹਾਂ ਇਹ ਉਹ ਇੱਕ ਗੱਲ ਹੈ ਓਹੋ ਇਹਦੇ ਨਾਲ ਉਹ ਟੱਚ ਤੀ ਬਿਆਰੀ ਗੱਲ ਸੁਣ ਟੱਚ ਟੁੱਚ ਕਾਲੂ ਤੀ ਉਹ ਤਾਂ ਟੱਕਣੀ ਸੀਗੇ ਕੱਲੇ ਹੋਰ ਮਰਨਾ ਮੈਨੂੰ ਵੀ ਨੱਕ ਜੇ ਚ ਬੋਲਣ ਲਾਤਾ ਹੈ ਹਰਾਮੀ ਤੂੰ ਤਾਂ ਮਨ ਬੜਾ ਤਪਾ ਰੱਖਿਆ ਤਾਂ ਤਾ ਮੈਨੂੰ ਤੂੰ ਭਾਗ ਜਾ ਹੁਣ ਭਾਜ ਜਾ ਬੀਬੀ ਹੋਰਾਂ ਕੋਲ ਭਾਗ ਦੇਖ ਲੈ ਬਦਲ ਗਈ
ਬਛੀੜ ਆ ਗਈ ਕਹਿੰਦੀ ਤੂੰ ਭਾਜਾ ਬਛੀੜ ਆ ਗਈ ਤੂੰ ਭਾਜਾ ਕਬਿਆਲ ਦੀ ਗੱਲ ਹੋ ਗਈ ਹਲੇ ਤਾਂ ਬਛੀੜ ਆਈ ਆ ਫਿਰ ਜਾਂਦਾ ਜਿੱਦੇ ਗੱਡੀ ਗੁੱਡੀ ਲੈਦੀ ਤੁਸੀਂ ਤਾਂ ਜਾਨੂੰ ਫਾਹਾ ਲਾ ਦੋਗੇ ਨਾ ਐ ਨਹੀਂ ਕਰਦੇ ਹੁੰਦੇ ਦੇਖ ਮੇਰੀ ਗੱਲ ਤੂੰ ਮੇਰਾ ਵੀ ਰੰਗਾ ਹੈ ਭਾਗ ਜਾ ਬੀਬੀ ਹੋਰਾਂ ਨੂੰ ਡੱਬਾ ਲੈ ਜੀ ਚੰਗਾ ਜਾਂਦਾ ਹੋਇਆ ਵੀ ਦੀਦੀ ਨੇ ਮਸੀਲ ਲਿਆ ਬੈਤਾ ਛੁੱਟੀਆਂ ਲੋਕ ਤਾਂ ਜੀ ਜੇ ਤਾਂ ਉਹ ਤਾਂ ਜਿਹਨੂੰ ਬਛੀੜ ਲਈ ਆਈ ਤੀ ਕਹਿੰਦੀ ਛੁੱਟੀਆਂ ਕੱਟ ਲੈ ਹੁੜਾ ਇਹਨੂੰ ਕਿਤੇ ਚੱਲ ਚੱਲ ਰਹਿ ਜਾ ਚੰਗਾ ਮੈਂ ਲੀੜੇ ਤੇ ਚੁੱਪ ਕਰ ਜਾ ਕਰ ਮਰਨਿਆ ਹਾਂ ਮਾਗਰੋ ਪਤਾ ਨਹੀਂ ਕੀ ਜਾਓ ਜਾਓ ਕਰੀ ਮੇਰੀ ਗੱਲ ਸੁਣ ਕੱਪੜੇ ਧੋਣੀਆਂ ਪਰੇ ਹੋ ਜਾ ਕੱਪੜੇ ਤਾਂ ਧੋਣੀ ਬੇਟੂ ਛੋ ਲੱਗੇ ਦੀਦੀ ਤੇ ਇਹਨੂੰ ਸ਼ਹਿਰੀ ਉਹਰ ਰਿਆ ਕਰ ਲਉਦੀ ਜਾ ਰਸੋਈ ਕੋਲੇ ਕੌਣ ਲਾਉਂਦਾ ਹੁੰਦਾ ਕੱਪੜੇ ਧੋਣੇ ਆ ਬਾਥਰੂਮ ਵੀ ਦੇਖ ਲੈ ਨਿਆ ਹੁਣ ਤੈਨੂੰ ਰਸੋਈ ਤਾਂ ਦੇਗੀ ਫੁੱਲੇ ਪੈਣੇ ਇੱਥੇ ਧਰੂੰਗੀ ਹਾਂ ਮੇਰੇ ਉੱਥੇ ਲੈ ਗੇਟ ਲਵੇ ਲਾ ਬਰੇ ਛੜ ਦੇ ਗੇਟ ਲਵੇ ਫਟ ਫਟ ਗਈ ਤੇ ਜਾਪਾ ਹੋ ਜਾ ਮੇਰੇ ਰੱਬੇ ਕਾਣੂ ਫਟਦੀ ਹੁੰਦੀ ਜਾ ਭੱਜ ਜਾ ਭੱਜ ਆਪਣੂ ਕਹਿੰਦਾ ਹੈ ਮੇਰੀ ਗੱਲ ਸੁਣ ਚਲ ਇਹਦੇ ਨਾਲ ਕੀ ਬਗਵਾਸ ਮਾਰਨੀ ਆ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਮਸ਼ੀਨ ਆ ਗਈ ਸੱਚੇ ਚਾਹ ਚੜ੍ਹਿਆ ਪਿਆ ਚੱਲ ਕੋਈ ਨਹੀਂ ਐਸੀਆਂ ਨਾਲ ਕੀ ਕਰਨਾ ਸੀ ਪੱਖਾ ਚਲਾ ਕੇ ਪਾਈਆ ਕਰਾਂਗੇ ਇਹਦੇ ਵਿੱਚ ਕੱਪੜੇ ਧੋਤੇ ਜਾਣਗੇ ਕਰਦੀਆਂ ਇਹਦੇ ਵਿੱਚ ਧੋ ਦਿੰਦੀ ਹਾਂ ਕੱਪੜੇ ਕੱਪੜਿਆਂ ਦੇ ਨਾਲ ਨਾਲ ਭਾਂਡੇ ਸਿੜ ਦਿੰਦੀ ਹਾਂ ਵਿੱਚੀ ਧੋਤੇ ਜਾਣਗੇ ਵਿੱਚੀ ਕੱਪੜੇ ਵਿੱਚੀ ਭਾਂਡੇ ਪਰ ਦੇਖਦੀ ਜਾਈ ਨਾਲੇ ਮੈਨੂੰ ਉਹ ਸਾਵਾਸੇ ਦੇਊ ਵੀ ਤੂੰ ਦੋਨੇ ਪਾਸੇ ਤਰੱਕੀਆਂ ਕਰ ਗਈ ਕੱਪੜੇ ਧੋਤੇ ਉਹਨੇ ਦੱਸਿਆ ਸੀ ਸੁਕਾਉਣੇ ਵੀ ਆ ਨਾਲ ਨਾਲ ਭਾਂਡੇ ਸੁਕਾ ਦੂ ਨਾਲ ਨਾਲ ਕੱਪੜੇ ਨਾਲ ਦੀ ਨਾਲ ਕਾਣਸ ਤੇ ਸਿਣ ਦੂ ਧੋਣੀਆਂ ਹੁਣ ਲੈ ਹਰਾਮੜ ਮਸ਼ੀਨ ਵੀ ਲਿਆਈ ਹੈ ਮੇਰੇ ਨਾਲ ਲੜੀ ਸੀ ਗਵਾਂਢਣ ਪਿੱਛੇ ਲੱਗ ਕੇ ਹੈ ਕਿਵੇਂ ਨਜ਼ਾਰੇ ਲਈ ਜਾਂਦੀ ਹੈ ਕੋਈ ਨਾ ਇਹਨੂੰ ਤਾਂ ਦਿਨ 'ਚ ਮੈਂ ਤਾਰੇ ਦਿਖਾਊਂਗੀ ਨਾਲੇ ਉਹ ਹਰਾਮੜ ਦੋਨੋਂ ਦੀ ਗੁੱਤਣੀ ਨਾ ਪੱਟੀਆਂ ਨਾ ਮੈਂ ਮੇਰਾ ਨਾਮ ਵੀ ਰਾਣੋ ਨਹੀਂ